ਜਾਸਦੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਅੱਜ ਦਾ ਮੁੱਦਾ ਵੇ ਤੁਹਾਡਾ ਸਭ ਦਾ ਸਵਾਗਤ ਕਰਦਾ ਪੰਜਾਬ ਅਕੇ ਬਹੁਤ ਸਾਰੇ ਸੰਕਟ ਆ ਜਿਨ੍ਹਾਂ ਦੀ ਚਰਚਾ ਵਾਰ-ਵਾਰ ਹੁੰਦੀ ਹੈ ਤੇ ਲਗਾਤਾਰ ਹੁੰਦੀ ਹੈ ਪਰ ਇਹਨਾਂ ਚਰਚਾਵਾਂ ਦੇ ਵਿਚਾਲੇ ਪੰਜਾਬ ਦੀਆਂ ਨ ਸਮੱਸਿਆਵਾਂ ਦਾ ਹੱਲ ਕਿਵੇਂ ਨਿਕਲੇ ਸਵਾਲ ਬਹੁਤ ਸਾਰੇ ਹੈ ਇਹਨਾਂ ਪੂਰੇ ਮਾਮਲੇ ਅਤੇ ਸੂਬਾ ਸਰਕਾਰਾਂ ਇੱਕ ਕਮੇਟੀ ਦਾ ਗਠਨ ਕਰਤੀਆਂ ਤੇ ਉਹ ਕਮੇਟੀ ਐਚਡੀ ਆਪਣੀ ਰਿਪੋਰਟ ਸੌਂਪਦੀ ਹੈ ਉਹ ਰਿਪੋਰਟ ਵਿੱਚ ਕਿੰਨੀਆਂ ਗੱਲਾਂ ਮੰਨੀਆਂ ਜਾਂਨ ਕਿ ਇਹ ਬਾਤ ਦਾ ਵਿਸ਼ਾ ਹੈ ਜਾਂ ਕਿੰਨੀਆਂ ਮੰਨੀਆਂ ਜਾ ਚੁੱਕੀਆਂ ਇਹ ਹੋਂ ਦਾ ਵਿਸ਼ਾ ਹੈ ਪਰ ਸਵਾਲ ਬਹੁਤ ਸਾਰੇ ਹੈ ਪੰਜਾਬ ਦਾ ਇਹ ਸੰਕਟ ਜਿਹੜਾ ਉਹ ਹੱਲ ਹੋ ਸਕਦਾ ਹੈ ਆਰਸੀ ਸੰਕਟ ਪੰਜਾਬ ਅੱਗੇ ਬਹੁਤ ਖੜਾ ਤੇ ਖੇਤੀ ਪ੍ਰਧਾਨ ਸੂਬਾ ਪੰਜਾਬ ਜਦੋਂ ਅਰਸ਼ ਚਾਰਾ ਦਾ ਕਮਜ਼ੋਰ ਹੁੰਦਾ ਤੇ ਜਦੋਂ ਖੇਤੀ ਕਾਨੂੰਨਾ ਜ਼ਿਕਰ ਹੋਵੇ ਤੇ ਫਿਰ ਅਰਸ਼ ਚਾਰੇ ਦੇ ਉੱਤੇ ਹੋਰ ਬਹੁਤ ਵੱਡੀ ਸਾਰੀ 60 ਵਜਨ ਦਾ ਖਰਚਾ ਪੈਦਾ ਹੋ ਜਾਂਦਾ ਖੇਤੀ ਕਾਨੂੰਨਾ ਦਾ ਸੰਘਰਸ਼ ਚੱਲਦਾ ਪਿਆ ਇਹ ਸਭ ਦੇ ਵਿਚਾਲੇ ਮਨਤੇਕ ਸਿੰਘ ਗੱਲੂ ਵਾਲੇ ਦੀ ਰਿਪੋਰਟ ਆ ਪਾਵਰ ਕੌਮ ਤੇ ਉੱਤੇ ਹੁਕਮ ਕੀਤੇ ਜਾਂਦੇ ਆ ਕੈਪਟਨ ਰਿੰਦ ਸਿੰਘ ਵੱਲੋਂ ਕਿ ਸਮਝੌਤੇ ਰਿਵਿਊ ਕਰੋ ਰੱਦ ਕਰੋ ਬਹੁਤ سارے ਸਵਾਲ ਆ ਇਹ ਸਾਰੇ ਤੁਹਾਡੇ ਸਾਡੇ ਨਾਲ ਸਿੱਧੇ ਜੁੜੇ ਹੋਏ ਆ ਪ੍ਰਵਾਸ ਕਰਦੀ ਜਵਾਨੀ ਬੇਰੋਜ਼ਗਾਰੀ ਵਾਦੀ ਇਹ ਸਾਰੇ ਚਿੰਤਾ ਦੇ ਵਿਸ਼ੇ ਅਸੀਂ ਇੱਕੋ ਸਵਾਲ ਪੁੱਛਾਂਗੇ ਸੰਕਟਾਂ ਚੋਂ ਕਿਵੇਂ ਨਿਕਲੇਗਾ ਪੰਜਾਬ ਤੁਹਾਨੂੰ ਫਟਾਫਟ ਪੁਆਇੰਟਰ ਦੱਸ ਦिए ਉਸ ਤੋਂ ਬਾਅਦ ਖਾਸ ਮਹਿਮਾਨ ਸਾਡੇ ਮੌਜੂਦ ਹੋਣਗੇ ਅੱਜ ਦਾ ਮੁੱਦਾ ਪੰਜਾਬ ਅਤੇ ਸੰਕਟ ਸੰਕਟ ਕੀ ਹੈ ਪੰਜਾਬ ਬਾਰੇ ਤੁਹਾਨੂੰ ਪੁਆਇੰਟਰ ਦੱਸ ਰਹੇ ਹਾਂ ਪੰਜਾਬ ਦੀ ਡਾਵਾਡੋਲ ਆਰਥਿਕ ਹਾਲਤ ਇੰਨੇ ਸਿਆਸੀ ਕਮਸਾਨ ਹਮੇਸ਼ਾ ਚਿਰਦਾ ਕੋਈ ਕਹਿੰਦਾ ਸਾਡੇ ਤੇ ਖਰਚਾ ਛੱਡ ਗਿਆ ਕੋਈ ਕਹਿੰਦਾ ਕਿ ਲੋਨ ਚ ਕਨਵਰਟ ਹੋ ਗਿਆ ਸੀਸੀਐਲ ਦੀ ਬਾਉਂਡ ਬਹੁਤ ਸਾਰੇ ਸਵਾਲ ਹੈ ਮਨਤੇਜ ਸਿੰਘ ਆਲੂ ਵਾਲੇ ਦੀ ਰਿਪੋਰਟ ਇਸ ਦੇ ਵਿਚਾਲੇ ਆ ਜਾਂਦੀ ਹੈ ਇਲੈਕਸ਼ਨ ਨੂੰ ਥੋੜਾ ਸਮਾਂ ਰਹਿ ਗਿਆ ਤੇ ਇਹਦੀਆਂ ਸਿਫਾਰਸ਼ਾਂ ਤੇ ਵੀ ਸਿਆਸਤ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਮਨਤੇਜ ਸਿੰਘ ਆਲੂ ਵਾਲੇ ਦੀ ਜਿਹੜੀ ਰਿਪੋਰਟ ਹੈ ਉਸ ਹੈ ਗਿਆ ਜ ਜਿਹਨੇ ਰਿਪੋਰਟ ਪੜ੍ਹੀ ਹੈ ਸੁਣੀ ਹੈ ਉਹਨੂੰ ਸਭ ਕੁਝ ਪਤਾ ਹੈ ਕਿ ਇੱਕ ਹੀ ਕੁਛ ਹੋ ਰਿਹਾ ਹੈ ਐਕਸਾਈ ਡਿਊਟੀ ਤਾਂ ਬਤਾ ਦਿੱਤੀ ਗਈ ਹੈ ਪ੍ਰੋਫੈਸ਼ਨਲ ਟੈਕਸ ਜੀ ਬਤਾ ਦਿੱਤਾ ਗਿਆ ਤਾਂ ਹੋਰ ਬੋਝ ਪੈ ਜਾਊਗਾ ਤੁਹਾਡੇ ਤੇ ਨਵੀਂ ਪਰਤੀ ਕੇਂਦਰੀ ਤਨਖਾਹ ਸਕੇਲ ਮੁਤਾਬਕ ਹੋਵੇ ਪੁਲਸ ਪਰਤੀ ਬੰਦ ਹੋਵੇ ਐਵੀਐਨ ਦੇ ਵਿੱਚ ਜ਼ਿਕਰ ਕੀਤਾ ਗਿਆ ਬਿਜਲੀ ਸਮਝੋਤਿਆਂ ਤੇ ਮਾਫੀਆ ਰਾਜ ਤੇ ਵੀ ਵਿਰੋਧ ਹੈ ਜਿਹੜਾ ਉਹ ਹੋਰ ਤੇਜ਼ ਹੋ ਗਿਆ mafia ਰਾਜ ਤੇ ਵਿਰੋਧ ਇਦਾਂ ਨਹੀਂ ਤੇਜ਼ ਹੋਇਆ ਬੇਲੀ ਸਮਝੌਤੇ ਤੇ ਅੱਜ ਦਾ ਵਿਰੋਧ ਨਹੀਂ ਤੇਜ਼ ਹੋਇਆ ਪਰ ਹੁਣ ਇਲੈਕਸ਼ਨ ਹੈ ਹੁਣ ਜਿਆਦਾ ਗੂੰਜਣ ਲੱਗ ਪਿਆ ਨਵੇਂ ਖੇਤੀ ਕਾਨੂੰਨਾਂ ਨਾਲ ਖੇਤੀ ਸੈਕਟਰ ਤੇ ਵੀ ਵੱਡੇ ਖਤਰੇ ਦਾ ਖਦਸ਼ਾ ਪੈਦਾ ਹੋ ਚੁੱਕਿਆ ਹੈ ਜਦਕ ਕੇਂਦਰ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਕਿਸਾਨ ਉੱਥੇ ਬੈਠੇ ਆ ਲਗਾਤਾਰ ਤੇ ਕਿਸਾਨ ਸੰਸਭੀ ਚੱਲਦੀ ਵੀ ਸੂਬੇ ਵਿੱਚ ਵੱਧਦੀ ਬੇਰੁਜ਼ਗਾਰੀ ਤੇ ਪ੍ਰਵਾਸਕਰ ਦੀ ਜਵਾਨੀ ਤੇ ਚਿੰਤਾ ਲਗਾਤਾਰ ਵਧੀ ਜਾ ਰਹੀ ਹੈ ਕਿਉਂਕਿ ਹੁਣ ਜਿਹੜਾ ਡਾਟਾ ਆਇਆ ਉਹਦੇ ਮੁਤਾਬਕ ਪੰਜਾਬ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਸਟੱਡੀ ਵੀਜ਼ਾ ਤੇ ਸਟੂਡੈਂਟ ਜਿਹੜੇ ਬਾਹਰ ਚੱਲ ਰਹੇ ਆ ਪੂਰੇ ਦੇਸ਼ ਦੇ ਵਿੱਚ ਪੰਜਾਬ ਤੇ ਖਰਚਾ ਜਿਹੜਾ ਲਗਾਤਾਰ ਵਾਧਾ ਪਿਆ तकरीबन 3 ਲੱਖ ਕਰੋੜ ਦੇ ਨੇੜੇ ਖਰਚਾ ਤੇ ਉਸ ਨੂੰ ਕਾਬੂ ਕਰਨ ਲਈ ਜਿਹੜੀ ਮੌਜੂਦਾ ਨੀਤੀਆਂ ਹੈਗੀਆਂ ਉਹਨਾਂ ਤੇ ਵੀ ਸਵਾਲ ਬਹੁਤ ਸਾਰੇ ਆ ਤੇ ਇਹਨਾਂ ਸਾਰੇ ਸਵਾਲਾਂ ਤੇ ਚਰਚਾ ਕਰਨੀ ਹੈ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹਨ ਕੇ ਮੈਂ ਉਹਨਾਂ ਦਾ ਤਾਅਰਫ ਕਰਾ ਰਿਹਾ ਹਾਂ ਹਮੇਸ਼ ਸਿੰਘ ਜਿਨ੍ਹਾਂ ਨੂੰ ਅਕਸਰ ਤੁਸੀਂ TV ਤੇ ਵੀ ਦੇਖਦੇ ਹਾਂ ਤੇ ਅਖਬਾਰਾਂ ਵਿੱਚ ਉਹਨਾਂ ਦੇ ਵੱਡੇ ਵੱਡੇ ਆਰਟੀਕਲ ਪੜ੍ਹਦੇ ਹਾਂ ਜਿਨ੍ਹਾਂ ਵਿੱਚ ਬਹੁਤ ਸਾਰਾ ਚਿੰਤਨ ਹੁੰਦਾ ਹੈ ਉਹਨਾਂ ਸੰਜੀਦਾ ਪੱਤਰਕਾਰਾਂ ਵਿੱਚੋਂ ਆ ਜਿਹੜੇ ਪੰਜਾਬ ਤੇ ਅਰਸ਼ਚਾਰੇ ਬਾਰੇ ਪੰਜਾਬ ਦੀ ਪ੍ਰਵਾਸਕਾ ਦੀ ਜਵਾਨੀ ਬਾਰੇ ਤੇ ਪੰਜਾਬ ਚ ਵਾਦੀ ਬੇਰੋਜ਼ਗਾਰੀ ਬਾਰੇ ਬਹੁਤ ਜ਼ਿਆਦਾ ਚਿੰਤਨ ਨਜ਼ਰ ਆਉਂਦੇ ਇਹਨਾਂ ਦੀ ਕਲਮ ਬਹੁਤ ਕੁਝ ਲਿਖਦੀ ਹੈ ਤਕਰੀਬਨ 3 ਦਹਾਕਿਆਂ ਦਾ ਨਾਸਫਰ ਹਮੇਸ਼ ਸਿੰਘ ਜੀ ਬਹੁਤ ਸਵਾਗਤ ਹੈ ਸਰ ਤੁਹਾਡਾ ਜੀ ਸ਼ੁਕਰੀਆ ਅਮੇਰ ਸਿੰਘ ਜੀ ਸਵਾਗਤ ਕਰਨ ਲੱਗਿਆ ਮੈਨੂੰ ਬੜਾ ਅਜੀਬ ਲੱਗਦਾ ਕਿ ਮੈਂ ਕਿਵੇਂ ਸਵਾਗਤ ਕਰਾਂ ਜਦੋਂ ਪੰਜਾਬ ਐਸ ਸਥਿਤੀ ਵਿੱਚ ਬੈਠਾ ਹੋਇਆ ਜਿੱਥੇ ਸੰਕਟ ਹੀ ਸੰਕਟ ਨਜ਼ਰ ਆ ਰਿਹਾ ਹੈ ਹਮੇਸ਼ਾ ਕੋਈ ਹਾਲ ਨਜ਼ਰ ਆ ਰਿਹਾ ਸਰ ਸੰਕਟਾਂ ਦੀ ਗੱਲ ਤਾਂ ਮੈਂ ਕਰੂੰਗਾ ਤੁਹਾਡੇ ਨਾਲ ਨਹੀਂ ਹੱਲ ਐਸਾ ਚ ਆਈਸੋਲੇਸ਼ਨ ਚ ਤਾਂ ਨਹੀਂ ਹੋਣਾ ਕੋਈ ਵੀ ਪੰਜਾਬ ਦਾ ਕਿਉਂਕਿ ਪੰਜਾਬ ਦੁਨੀਆ ਨਾਲ ਵੀ ਜੁੜਿਆ ਹੋਇਆ ਹੈ ਤੇ ਪੰਜਾਬ ਦੇਸ਼ ਨਾਲ ਵੀ ਜੁੜਿਆ ਹੋਇਆ ਹੈ ਤੇ ਪੰਜਾਬ ਦੀ ਅੰਦਰੀਆਂ ਗੜਬੜਾਂ ਨਹੀਂ ਹਾਂ ਸੰਕਟ ਦੇ ਹੱਲ ਦੇ ਵਾਸਤੇ ਸੋਚਣਾ ਪਏਗਾ ਕਿ ਪੰਜਾਬ ਦੇ ਦੀਆਂ ਧਿਰਾਂ ਜਿਹੜੀਆਂ ਸਿਆਸੀ ਧਿਰਾਂ ਨੇ ਜਿਹੜੇ ਬੌਧਿਕ ਤਬਕਾ ਉਹ ਕੀ ਕਰ ਸਕਦਾ ਹੈ ਫਿਰ ਦੇਸ਼ ਦਾ ਇੱਕ 파ਟ ਹੁੰਦੇ ਹੋਏ ਦੇਸ਼ ਤੋਂ ਕੀ ਉਮੀਦ ਕਰਦਾ ਤੇ ਫਿਰ ਦੁਨੀਆ ਦੇ ਵਿੱਚ ਇੱਕ ਜਿਹੜਾ ਚੱਲ ਰਿਹਾ ਤੌਰ ਤਰੀਕਾ ਵਿਕਾਸ ਦਾ ਉਹਦੇ ਵਿੱਚ ਇਹਦੀ ਕੀ ਭੂਮਿਕਾ ਹੋ ਸਕਦੀ ਹੈ ਜਾਂ ਉਹ ਤੋਂ ਕੀ ਤਵੱਜੋ ਰੱਖੀ ਜਾਂਦੀ ਹੈ ਜਿਵੇਂ ਸਪੋਜ ਕਰੋ ਮਾਰਨ ਲੋ ਅਨੰਪਲੋਇਮੈਂਟ ਦਾ ਸਵਾਲ ਹੈ ਜਾਂ ਬਾਕੀ ਵੱਡੇ ਜਿਹੜੇ ਸਵਾਲ ਨੇ ਆਰਥਿਕ ਸੰਕਟ ਦੇ ਸਹੂਲ ਔਰ ਟੋਟਲ ਦੁਨੀਆ ਦੇ ਵਿੱਚ ਆਰਥਿਕ ਗਰਾਵਟ ਹੈ ਕੋਵਿਡ ਵੀ ਉਹਦਾ ਇੱਕ ਕਾਰਨ ਹੈ ਤੇ ਬਾਕੀ ਵੀ ਕਿੰਨੇ ਹੀ ਕਾਰਨ ਉਹਦੇ ਜੁੜੇ ਹੋਏ ਨੇ ਜਿਹੜਾ ਡਿਵੈਲਪਮੈਂਟ ਦਾ ਓਵਰਾਲ ਮਾਡਲ ਹੈ ਡਿਵੈਲਪਮੈਂਟ ਦੇ ਮਾਡਲ ਚ ਦੋ ਰਣਨੀਤਿਕ ਚੈਲੰਜ ਨੇ ਦੁਨੀਆ ਸਾਹਮਣੇ ਚੌਥੀਆਂ ਨੇ ਪੰਜਾਬ ਉਹਨੂੰ ਭੁਗਤ ਰਿਹਾ ਬਹੁਤ ਬੁਰੀ ਤਰ੍ਹਾਂ ਇੱਕ ਵਾਤਾਵਰਨ ਦਾ ਸੰਕਟ ਜਿੱਥੇ ਲੋਕਾਂ ਦੀ ਜ਼ਿੰਦਗੀ ਦਾ ਦਾਤੇ ਲੱਗੀ ਪਈ ਹੈ ਜ਼ਿੰਦਗੀ ਦੀ ਹੋਂਦ ਖਤਰੇ ਦੇ ਵਿੱਚ ਹੈ ਪੰਜਾਬ ਦੇ ਵਿੱਚ ਵੀ ਪਾਣੀ ਹੈ ਮਿੱਟੀ ਹੈ ਆਬੋ ਹਵਾ ਹੈ ਉਹਦੇ ਕਰਕੇ ਕੈਂਸਰ ਕਾਲਾ ਪੀੜਿਆ ਵਰਗੀਆਂ ਬਿਮਾਰੀਆਂ ਜਿਹੜੀਆਂ ਉਹ ਪੈਰ ਪਸਾਰ ਰਹੀਆਂ ਨੇ ਘਰਾਂ ਦੇ ਵਿੱਚ ਜਦੋਂ ਜ਼ਿੰਦਗੀ ਦਾਤੇ ਹੁੰਦੀ ਹੈ ਕੋਬਟਾ ਤੋਂ ਬਿਨਾਂ ਦੀ ਵੀ ਗੱਲ ਹੈ ਦੂਜਾ ਸਵਾਲ ਇਹ ਹੈ ਕਿ ਗਰੀਬੀ ਤੇ ਅਮੀਰੀ ਦਾ ਜਿਹੜਾ ਗੈਪ ਹੈ ਵੱਧ ਰਿਹਾ ਹੈ ਪਾੜਾ ਜਿਹੜਾ ਵੱਧ ਰਿਹਾ ਹੈ ਉਹ ਪਾੜੇ ਦੇ ਵਿੱਚ ਇਹ ਕਿ ਜਿਹੜੀ ਅਸੀਂ ਜੀਡੀਪੀ ਦੀ ਟਰਮ 'ਚ ਤੇ ਸੋਚਦੇ ਆ ਕਿ ਕਿੰਨੀ ਜੀਡੀਪੀ ਵਧੀ ਉਹ ਜੀਡੀਪੀ ਦਾ ਹਿੱਸਾ ਕਿਹਨੂੰ ਕਿੱਦਾਂ ਗਿਆ ਜਿੰਨਾ ਚਿਰ ਇਹ ਨਹੀਂ ਦੇਖਿਆ ਜਾਂਦਾ ਕਿ ਆਮ ਲੋਕਾਂ ਤੱਕ ਕੀ ਪਹੁੰਚਦੀ ਹੈ ਕਿੱਥੇ ਪਹੁੰਚਦਾ ਹੈ ਹੁਣ ਜੇ ਤੁਸੀਂ ਪੰਜਾਬ ਦਾ ਵੱਡਾ ਹਿੱਸਾ ਲਾਓ ਤਾਂ ਦੁਨੀਆ ਦਾ ਵੀ ਵੈਸੇ ਸੀਨ ਇਹੀ ਹੈ ਪੰਜਾਬ ਦੇ ਵਿੱਚ ਇਹ ਹੈ ਕਿ ਇੱਕ ਦਿਹਾੜੀਦਾਰ ਬੰਦਾ ਹੈ ਉਹਨੂੰ ਦਿਹਾੜੀ ਮਿਲਦੀ ਹੈ ਜਾਂ ਨਹੀਂ ਮਰ ਰੇਗਾ ਮੰਨ ਲਓ 100 ਦਿਨ ਦਾ ਕੰਮ ਦੀ ਬਜਾਏ 20 ਦਿਨ ਦਾ ਕੰਮ ਮਿਲਦਾ ਉਹ ਵੀ 269 ਰੁਪਏ ਦਿਹਾੜੀ ਹੈ ਉਹਨੂੰ ਕੀ ਮਿਲਣਾ ਔਰ ਉਹਦਾ ਗਰਾਫ ਲਗਾਤਾਰ ਹੇਠਾਂ ਆ ਰਿਹਾ ਤੇ ਜਿਹਦੇ ਕੋਲੋਂ ਧਨ ਇਕੱਠਾ ਹੋ ਰਿਹਾ ਦੌਲਤ ਇਕੱਠੀ ਹੋ ਰਹੀ ਹੈ ਉਹਦੀ ਬਹੁਤ ਕਈ ਗੁਣਾ ਵੱਧ ਰਿਹਾ ਜਿਵੇਂ ਪਿਛਲੇ ਦਿਨਾਂ ਚ ਅੰਕੜੇ ਵੀ ਦੇਸ਼ ਦੇ ਆਏ ਨੇ ਇਸ ਪੱਧਰ ਦੇ ਉੱਤੇ ਕੇ ਨੌਕਰਾਂਿਆਂ ਦਾ ਇੰਨਾ ਇੰਨਾ ਆ ਕੋਵਿਡ ਦੇ ਸਾਲ ਦੇ ਦੌਰਾਨ ਦੇ ਵਿੱਚ ਇੰਨੀ ਦੌਲਤ ਇਕੱਠੀ ਹੋ ਗਈ ਹੈ ਜੇ ਉਹ ਚਾਹਣ 10 ਸਾਲਾਂ ਤੱਕ ਮਨਰੇਗਾ ਦਾ ਬਜਟ ਫ੍ਰੀ ਚਲਾ ਸਕਦੇ ਨੇ ਜੇ ਉਹ ਚਾਹਣ ਦੇਸ਼ ਦਾ ਸਿਹਤ ਦਾ ਬਜਟ 10 ਸਾਲਾਂ ਤੱਕ ਮੁਫਤ ਦੇ ਸਕਦੇ ਨੇ ਇੰਨਾ ਮੁਨਾਫਾ ਹੋ ਚੁੱਕਿਆ ਹੈ ਦੂਜੇ ਪਾਸੇ ਲੋਕਾਂ ਦਾ ਰੁਜ਼ਗਾਰ ਚਲਾ ਗਿਆ 23 ਕਰੋੜ ਬੰਦੇ ਦੇਸ਼ ਦੇ ਕਰੀਬੀ ਦੀ ਰੇਖਾ ਤੋਂ ਹੇਠਾਂ ਚਲੇ ਗਏ ਨੌਕਰੀਆਂ ਦਾ ਬੇਰੁਜ਼ਗਾਰੀ ਦਾ ਹਾਲ ਸਾਡੇ ਸਾਹਮਣੇ ਜਿਹੜਾ ਦਿਖਾਈ ਦੇ ਰਿਹਾ ਪੰਜਾਬ ਚ ਬੇਰੁਜ਼ਗਾਰੀ ਦੀ ਦਰ ਦੇਸ਼ ਨਾਲੋਂ ਜ਼ਿਆਦਾ ਹੈ ਬਿਲਕੁਲ ਹੁੰਦਾ ਡਾਟਾ ਹੈ ਹੁਣ ਜਿਹੜਾ ਡਾਟਾ 8.14 ਹੋਗੀ ਤੇ ਉੱਥੇ 7.14 ਦੇ ਨੇੜੇ ਤੇਲੇ ਸਾਡੇ ਬੇਰੁਜ਼ਗਾਰੀ ਵੀ ਉਦੋਂ ਜ਼ਿਆਦਾ ਹੈ ਸਰ ਹੁਣ ਰੁਜ਼ਗਾਰ ਕਿੱਥੋਂ ਪੈਦਾ ਹੋਵੇ ਰੁਜ਼ਗਾਰ ਪੈਦਾ ਇੰਡਸਟਰੀ ਚ ਤਾਂ ਬਹੁਤ ਜ਼ਿਆਦਾ ਕਿਤੇ ਵੀ ਨਹੀਂ ਹੋ ਰਿਹਾ ਹੁਣ ਤੇ ਖੇਤੀ ਸੀ ਖੇਤੀ ਤੇ ਡਿਪੈਂਡੈਂਸੀ ਆ ਤੇ ਖੇਤੀ ਵੀ ਓਜਾੜੇ ਦਾ ਖਰਾਬ ਬਣ ਗਈ ਉਹ ਤਿੰਨ ਕਾਨੂੰਨ ਵੀ ਉਹਦੇ ਵਿੱਚ ਆ ਗਏ ਐਦੋਂ ਪਹਿਲਾਂ ਵੀ ਕਿਸਾਨ ਤੇ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਆ ਉਹ ਜਿਹੜੇ ਸਾਰੇ ਸਵਾਲ ਐਨੇ ਅਸਲ 'ਚ ਜਿਵੇਂ ਕਹਿੰਦੇ ਨੇ ਇੱਕ ਬਿਓ ਚੱਕਰ ਹੋ ਜਾਂਦਾ ਬੀਸੀਐਸ ਸਰਕਲ ਹੋ ਜਾਂਦਾ ਉਹ ਸਰਕਲ 'ਚ ਐਨਾ ਪੰਜਾਬ ਫਸਿਆ ਉਹਦੇ ਲਈ ਸਪਸ਼ਟਤਾ ਜਿਹੜੀ ਹੈ ਕਿਸਾਨ ਅੰਦੋਲਨ ਇੱਕ ਲੈਵਲ ਤੇ ਦੇ ਰਿਹਾ ਸਪਸ਼ਟਤਾ ਪੰਜਾਬ ਨੂੰ ਜੇਕਰ ਪੰਜਾਬ ਉਹਦੇ ਉਹਦੇ ਮੇਚ ਦੀਆਂ ਯੋਜਨਾਵਾਂ ਬਣਾਵੇ ਉਹ ਇਹ ਹੈ ਕਿ ਇੱਕ ਤਾਂ ਡੀਸੈਂਟਰਲਾਈਜੇਸ਼ਨ ਦਾ ਫੈਡਰਲਿਜਮ ਦਾ ਕੁਐਸਚਨ ਹੈ ਕਿ ਕੇਂਦਰ ਸਰਕਾਰ ਲਗਾਤਾਰ ਸਾਰੀਆਂ ਤਾਕਤਾਂ ਖੁਦ ਲੈਂਦੀ ਜਾ ਰਹੀ ਹੈ ਆ ਹੁਣੇ ਕੋਆਪਰੇਟਿਵ ਡਿਪਾਰਟਮੈਂਟ ਅਲੱਗ ਬਣਿਆ 7 ਦਿਨ ਪਹਿਲਾਂ ਦੀ ਇੱਕ ਖਬਰ ਹੈ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਕਿ ਇਹਦੇ ਵਿੱਚ ਸੰਵਿਧਾਨਕ ਸੋਧ ਆ ਰਹੀ ਹੈ ਕਿ ਇਹਨੂੰ ਰਾਜ ਸੂਚੀ ਚੋਂ ਕੱਢ ਕੇ ਜਿਹੜਾ ਸਹਿਕਾਰਤਾ ਦਾ ਡਿਪਾਰਟਮੈਂਟ ਹੈ ਉਹਨੂੰ ਸਾਂਝੀ ਸੂਚੀ ਚ ਪਾ ਦਿੱਤਾ ਜਾਵੇ ਜੇ ਸਾਡੇ ਦਾ ਸਹਿਕਾਰਤਾ ਮੰਤਰੀ ਸਵਾਗਤ ਕਰਦੇ ਪਏ ਹੁੰਦਾ ਮਤਲਬ ਇਹੀ ਤਾਂ ਸਵਾਲ ਹੈ ਇਹ ਬੌਧਕਤਾ ਦਾ ਵੀ ਸਵਾਲ ਹੈ ਨਾ ਸਾਡੇ ਜਦੋਂ ਅਸੀਂ ਸਵਾਗਤ ਕਰਾਂਗੇ ਅਸਲ ਚ ਮੰਦਬੁੱਧੀ ਕਿਹਨੂੰ ਕਹਿੰਦੇ ਨੇ ਉਸੇ ਨੂੰ ਕਹਿੰਦੇ ਨੇ ਕਿ ਜਿਹੜੀ ਚੀਜ਼ ਤੁਹਾਡੇ ਖਿਲਾਫ ਜਾਂਦੀ ਹੈ ਤੁਹਾਨੂੰ ਚੰਗੀ ਲੱਗਣਾ ਨਹੀਂ ਅਸੀਂ ਹਮੀਸ਼ ਸਿੰਘ ਜੀ ਸਵਾਲ ਇਹ ਹੈ ਕਿ ਅਸੀਂ ਇਹ ਗੱਲਾਂ ਲੋਕਾਂ ਤੱਕ ਪਹੁੰਚਾ ਨਹੀਂ ਪਾ ਰਹੇ ਜਾਂ 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 ਜਿਆਦਾ ਅਸੀਂ ਅਸੀਂ ਜਿਆਦਾ ਸੋਚੀ ਬੈਠੇ ਹਾਂ ਕਿ ਪੰਜਾਬ ਦਾ ਉਜੜਾ ਹੋ ਗਿਆ ਪੰਜਾਬ ਵਿੱਚ ਜਵਾਨੀ ਪ੍ਰਵਾਸ ਕਰ ਗਈ ਪੰਜਾਬ ਦਾ ਬਹੁਤ ਵੱਡੇ ਮਾੜੇ ਹਾਲਾਤਾਂ ਵਿੱਚ ਪਹੁੰਚ ਗਿਆ ਇਹ ਅਸੀਂ ਜਿਆਦਾ ਚਰਚਾ ਕਰਦੇ ਪਏ ਆ ਜਾਂ ਲੋਕਾਂ ਤੱਕ ਇਹ ਗੱਲ ਪਹੁੰਚ ਨਹੀਂ ਪਾ ਰਹੀ ਦੇਖੋ ਲੋਕੀ ਤਾਂ ਹੱਡੀ ਹਿਡਾ ਰਹੇ ਨੇ ਇੱਕ ਥੋੜੇ ਜੀ ਅਲੀਟ ਕਲਾਸ ਤੋਂ ਬਿਨਾਂ ਜਿਹੜੇ ਬੰਦੇ ਉੱਪਰ ਉੱਪਰ ਫਿਰਦੇ ਨੇ ਉਹਦੇ ਵਿੱਚ ਬਿਊਰੋਕ੍ਰੇਸੀ ਵੀ ਆ ਉਹਦੇ ਵਿੱਚ ਪੋਲੀਟੀਸ਼ੀਅਨ ਵੀ ਆ ਉਹਦੇ ਵਿੱਚ ਕੁਝ ਇੱਕ ਤਬਕਾ ਬਖ ਬਖ ਟਾਈਪ ਦਾ ਉਹ ਹੈ ਜਿਹੜਾ ਜਿਹੜਾ ਦਾ ਦੌਲਤ ਦਾ ਸਿਸਟਮ ਠੀਕ ਬਣਿਆ ਹੋਇਆ ਪਰ ਬਾਕੀ ਲੋਕ ਤਾਂ ਹੱਡੀ ਹਿਡਾ ਰਹੇ ਉਹਨਾਂ ਦੀ ਆਵਾਜ਼ ਨਹੀਂ ਹੈ ਸਾਡੇ ਸਟੂਡੀਓ ਚ ਵੀ ਇਹ ਡਿਬੇਟਸ ਆਊਟ ਹੈ ਹਮੇਸ਼ਾ ਜੀ ਮਾਫ ਕਰਨਾ ਮੈਂ ਗੱਲ ਕਿਹਾ ਨਹੀਂ ਉਹ ਹੋਏਗੀ ਉਹਦਾ ਰੀਜਨ ਇਹ ਹੈ ਕਿ ਜਿਹੜਾ ਮੀਡੀਆ ਦਾ ਵੀ ਵੱਡਾ ਤਬਕਾ ਹੈ ਖਾਸ ਤੌਰ ਤੇ ਮੇਨਸਟ੍ਰੀਮ ਮੀਡੀਆ ਜਿਹੜਾ ਇੱਕ ਤਾਂ ਉਹਦੀ ਓਨਰਸ਼ਿਪ ਕਾਰਪੋਰੇਟ ਓਨਰਸ਼ਿਪ ਹੈ ਕਿਉਂਕਿ ਉਹਦੀਓ ਗੱਲ ਕਰੂਗਾ ਦੂਜਾ ਅਰਬਨ ਸੈਂਟ੍ਰਿਕ ਹੈ ਮੀਡੀਆ ਤੇ ਉਹ ਪਿੰਡੋ ਨੇ ਮੈਸੇਜ ਛੱਡੇ ਹੋਏ ਨੇ ਤੀਜਾ ਮੀਡੀਆ ਦੀ ਨੇਚਰ ਇਹ ਬਣ ਗਈ ਜਿਹੜਾ ਨਿਊਜ਼ ਗੈਦਰਿੰਗ ਦਾ ਕਨਸੈਪਟ ਸੀ ਕਿ ਉਹ ਫੀਲਡ ਚ ਜਾ ਕੇ ਚੀਜ਼ਾਂ ਕੱਢ ਕੇ ਲਿਆਉਣ ਉਹ ਬੰਦ ਹੋ ਗਿਆ ਲਗਭਗ ਮਤਲਬ ਬਹੁਤ ਕਮਜ਼ੋਰ ਹੈ ਹੈ ਹੀ ਨਹੀਂ ਹੈ ਗੂਗਲ ਵਾਲੇ ਪੱਤਰਕਾਰ ਜ਼ਿਆਦਾ ਹੋ ਗਏ ਗਰਾਊਂਡ ਵਾਲੇ ਨਹੀਂ ਰਹੇ ਨਾ ਜਿਵੇਂ ਪ੍ਰਿੰਟ ਮੀਡੀਆ ਚ ਵੀ ਮੈਜੋਰਿਟੀ ਟ੍ਰੈਂਡ ਜਿਹੜਾ ਉਹ ਪ੍ਰੈਸ ਨੋਟ ਪੱਤਰਕਾਰ ਹੋਇਆ ਪੱਤਰਕਾਰੀ ਵਾਲ ਚੱਲੇ ਹਾਂ ਪ੍ਰੈਸ ਨੋਟ ਦਿੰਦਿਆਂ ਨੇ ਜਿਹੜੀਆਂ ਧੇਰਾ ਫਿਰ ਪ੍ਰੈਸ ਨੋਟ ਜਿਨ੍ਹਾਂ ਕੋਲ ਬੰਦੇ ਰੱਖੇ ਹੋਏ ਨੇ ਜਿਨ੍ਹਾਂ ਕੋਲ ਆਈਟੀ ਸੈਲਨ ਨੇ ਜਿਨ੍ਹਾਂ ਕੋਲ ਹੋਰ ਨੇ ਉਹ ਚੰਗੇ ਪ੍ਰੈਸ ਨੋਟ ਦੇ ਦਿੰਦੇ ਨੇ ਤੇ ਉਹ ਚੰਗਾ ਛੱਪਦਾ ਉਸੇ ਤਰੀਕੇ ਨਾਲ ਜਿਹੜਾ ਕਾਮਨ ਮੈਨ ਹੈ ਜਿਹੜਾ ਮੀਡੀਆ ਜਿੱਤੋਂ ਦੂਰ ਹੈ ਬਹੁਤ ਨਾ ਉਹਦੇ ਕੋਲ ਉਹ ਸਕਿੱਲ ਹੈ ਕਿਉਂ ਪ੍ਰੈਸ ਨੋਟ ਦੇ ਸਕੇ ਨਾ ਉਹਦੇ ਕੋਲ ਸਕਿੱਲ ਹੈ ਕਿਉਂ ਟੀਵੀ ਸਟੂਡੀਓ ਪਾੜਾ ਤਾਂ ਹੀ ਵੱਡਾ ਪਿਆ ਹਮਿੰਦਰ ਸਿੰਘ ਜੀ ਹਾਂਜੀ ਪਾੜਾ ਤਾਂ ਹੀ ਪਾੜਾ ਬਹੁਤ ਵੱਡਾ ਬਿਲਕੁਲ ਪਹਿਲਾ ਪਾੜਾ ਇਨਫਾਰਮੇਸ਼ਨ ਦਾ ਹੀ ਵੱਡਾ ਪਿਆ ਜਦੋਂ ਇਨਫਾਰਮੇਸ਼ਨ ਨਹੀਂ ਜਾਏਗੀ ਜਾਣਕਾਰੀ ਨਹੀਂ ਜਾਏਗੀ ਇੱਕ ਜਮਾਨੇ ਤੱਕ ਪਾਰਟੀਆਂ ਇਹ ਕੰਮ ਕਰਦੀਆਂ ਸੀ ਪਾਰਟੀਆਂ ਵੱਡੀਆਂ ਏਜੰਸੀਆਂ ਉਹ ਪਿੰਡਾਂ ਚ ਜਾਂਦੀਆਂ ਸੱਥਾਂ ਚ ਜਾਂਦੀਆਂ ਉਹਦੇ ਆਗੂ ਸਮਝਾਉਂਦੇ ਲੋਕਾਂ ਨੂੰ ਕਿ ਆਪਾਂ ਫੈਡਰਲਿਜ਼ਮ ਦੇ ਲੜਾਈ ਲੜਨੀ ਹੈ ਚਲੋ ਮੋਰਚੇ 'ਚ ਜਾਣਾ ਹੈ ਆਪਾਂ ਅੰਦੋਲਨ ਕਰਨਾ ਹੈ ਉਹ ਸੱਤ ਤੱਕ ਜਾਂਦਾ ਸੀ ਹੁਣ ਕਿਸਾਨ ਅੰਦੋਲਨ ਨੇ ਇੱਕ ਰੀਚ ਕੀਤੀ ਆ ਫਿਰ ਵੀ ਕਿਉਂਕਿ ਕੁਝ ਮੀਡੀਆ ਨੇ ਖਾਸ ਤੌਰ ਤੇ ਪੰਜਾਬੀ ਮੀਡੀਆ ਨੇ ਕਿਸਾਨ ਅੰਦੋਲਨ ਨੂੰ ਜਿਸ ਤਰੀਕੇ ਨਾਲ ਖਬਰ ਕੀਤਾ ਉਹਦੇ ਚ ਕਾਫੀ ਹੱਦ ਤੱਕ ਲੋਕਾਂ ਤੱਕ ਕੁਝ ਗੱਲਾਂ ਪਹੁੰਚਣੀਆਂ ਸ਼ੁਰੂ ਹੋਈਆਂ ਸੰਘਟਨਾਂ ਚ ਦਾ ਸਵਾਲ ਗਿਆ ਲੋਕਾਂ ਚ ਕਾਫੀ ਹੱਦ ਤੱਕ ਗਿਆ ਐਸ ਵਾਰ ਕਿ ਉਹ ਇਹਦੇ ਨਾਲ ਜੋੜ ਕੇ ਗਿਆ ਇੱਕ ਕਾਰਪੋਰੇਟ ਵਾਲਾ ਗਿਆ ਕਿ ਸਾਡੇ ਤੇ ਕਾਰਪੋਰੇਟ ਕਬਜ਼ਾ ਕਰਦਾ ਜਦੋਂ ਲੋਕਾਂ ਨੂੰ ਪਤਾ ਨਹੀਂ ਸਾਡੀਆਂ ਜ਼ਮੀਨਾਂ ਲੈਣ ਆ ਰਹੇ ਆ ਤਾਂ ਇਹ ਗੱਲ ਘਰ ਘਰ ਹੀਠਾਂ ਔਰਤਾਂ ਇਸੇ ਕਰਕੇ ਔਰਤਾਂ ਬੰਦੇ ਸਾਰੇ 108 ਜਗ੍ਹਾ ਤੇ ਪੰਜਾਬ ਦੇ ਵਿੱਚ ਧਰਨਾ ਪੱਕਾ ਲੱਗਿਆ ਹੋਇਆ 9 ਮਹੀਨਿਆਂ ਤੋਂ ਦੇ 8 ਮਹੀਨਿਆਂ ਤੋਂ ਦਿੱਲੀ ਦੇ ਵਿੱਚ ਹੋ ਗਿਆ ਉਹਦੇ ਕਰਕੇ ਇੱਕ ਚਰਨਿੰਗ ਹੋਈ ਆ ਥੋੜੀ ਜੀ ਪਰ ਇਹ ਖਾਸ ਹੈ ਜਦੋਂ ਤਰਨਾ ਨਹੀਂ ਰਹੂਗਾ ਜਦੋਂ ਇਹ ਮਾਮਲਾ ਹੱਲ ਹੋ ਗਿਆ ਕੀ ਫੇਰ ਉੱਥੇ ਹੀ ਚਲਾ ਜਾਏਗਾ ਕੰਮ ਜੇ ਮਾਮਲਾ ਉੱਥੇ ਤੱਕ ਜਾਏ ਬਹੁਤ ਵੱਡੇ ਸਵਾਲ ਆ ਤੁਹਾਡੇ ਇੱਕ ਛੋਟਾ ਬ੍ਰੇਕ ਲਵਾਂਗਾ ਬ੍ਰੇਕ ਤੋਂ ਵਾਪਸ ਆਵਾਂਗੇ ਹਮੀਰ ਸਿੰਘ ਜੀ ਸਾਨੂੰ ਬਹੁਤ ਡਿਟੇਲ ਵਿੱਚ ਸਾਰੀਆਂ ਚੀਜ਼ਾਂ ਸਮਝਾ ਸਕਦੇ ਆ ਐਸਰ ਕੇ ਹਮੀਰ ਸਿੰਘ ਜਰਨ ਸੱਧਿਆ ਪਰ ਸਵਾਲ ਇਹ ਹੈਗਾ ਤੁਹਾਡੇ ਤੱਕ ਇਹ ਗੱਲ ਕਿੰਨੀ ਪਹੁੰਚਦੀ ਪਈ ਹੈ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਮੁੱਦੇ ਰੱਖੇ ਜਾਣ ਤੁਹਾਡੇ ਮੁੱਦੇ ਬਹੁਤ ਵੱਡੇ ਹੈ ਤੁਹਾਡੇ ਮੁੱਦਿਆਂ ਜ਼ਿਕਰ ਨਹੀਂ ਹੋ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਚਿਹਰਿਆਂ ਦਾ ਜ਼ਿਕਰ ਹੋ ਰਿਹਾ ਉਹਨਾਂ ਚਿਹਰਿਆਂ ਤੋਂ ਪਾਸੇ ਤੁਹਾਡੇ ਮੁੱਦੇ ਕੀ ਹੈ ਕੀ ਹੈ ਉਹਨਾਂ ਮੁੱਦਿਆਂ ਦਾ ਜ਼ਿਕਰ ਕਰਨ ਵਾਸਤੇ ਬੈਠੇ ਅੱਜ ਦਾ ਮੁੱਦਾ ਦੇ ਵਿੱਚ ਪੰਜਾਬ ਅਤੇ ਸੰਕਟ ਵਾਪਸ ਆ ਰਿਹਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆ ਸੰਕਟਾਂ ਚੋਂ ਕਿਵੇਂ ਨਿਕਲੇਗਾ ਪੰਜਾਬ ਹਮੀਰ ਸਿੰਘ ਜੀ ਤਿੰਨ ਦਹਾਕਿਆਂ ਦਾ ਤਰਬਾ ਬਹੁਤ ਇਹਨਾਂ ਨੇ ਗੂਗਲ ਵਾਲੀ ਪੱਤਰਕਾਰਤਾ ਨਹੀਂ ਕੀਤੀ ਗਰਾਊਂਡ ਤੇ ਪੱਤਰਕਾਰਤਾ ਕੀਤੀ ਹੁਣ ਵੀ ਜਾ ਕੇ ਲੋਕਾਂ ਦੇ ਵਿੱਚ ਇਹ ਸੰਬੋਧਨ ਕਰਦੇ ਆ ਲੋਕਾਂ ਨੂੰ ਦੱਸਦੇ ਆ ಗ್ರಾಮ ਸਭਾ ਕੀ ਹੁੰਦੀ ਆ ਮਰਰੇਗਾ ਕੀ ਹੈਗਾ ਤੁਹਾਡੇ ਹੱਕ ਕੀ ਹੈ ਕਿ ਆ ਉਹਦੇ ਬਾਰੇ ਗੱਲ ਕਰਦੇ ਆ ਖੇਤੀ ਕਰੋਨਾ ਦੀ ਗੱਲ ਕਰਦੇ ਆ ਉਹਨਾਂ ਵਿੱਚ ਮਾੜਾ ਚੰਗਾ ਕੀ ਹੈਗਾ ਅਮੀਰ ਸਿੰਘ ਜੀ ਸਰ ਮੈਂ ਮੰਟੇਕ ਸਿੰਘ ਆਲੂ ਵਾਲੀ ਦੀ ਜਿਹੜੀ ਰਿਪੋਰਟ ਹੈ ਉਹਦਾ ਜ਼ਿਕਰ ਕਰਨਾ ਚਾਹੂਗਾ ਉਸ ਰਿਪੋਰਟ ਨੂੰ ਇਨ ਬਿਨ ਲਾਗੂ ਕਰੇਗੀ ਸਰਕਾਰ ਜਾਂ ਰਿਪੋਰਟ ਐ ਇੰਨਾ ਸੱਚ ਬੋਲਦੀ ਪਈ ਐ ਕਿ ਸਰਕਾਰ ਉਹਨੂੰ ਲਾਗੂ ਹੀ ਨਹੀਂ ਕਰ ਸਕਦੀ ਕੀ ਜਾਉਣ ਦੇ ਵਿੱਚ ਉਹੀ ਪਾਲਿਸਿਸ ਹੈ ਜਿਹੜੀਆਂ ਸੈਂਟਰ ਦੀਆਂ ਪਾਲਿਸਿਸ ਹੁੰਦੀਆਂ ਅਮੀਰ ਸਿੰਘ ਮੋਢੇਕ ਸਿੰਘ ਆਲੂਵਾਲੀਆ ਜਿਸ ਲੈਵਲ ਦੀ ਅਪਰੋਚ ਰੱਖਦੇ ਨੇ ਸ਼ੁਰੂ ਤੋਂ ਹੀ ਇਹ ਪਾਲਿਸੀ ਉਤੋਂ ਹੀ ਸ਼ੁਰੂ ਹੋਈ ਆ ਹਲਾਨੀ ਕਮਿਸ਼ਨ ਪ੍ਰਾਨੀ ਸਰ ਹਾਂ ਉਦੋਂ ਤੋਂ ਲੈ ਕੇ ਜਦੋਂ ਤੋਂ ਡਾਕਟਰ ਬਨਮੋਹਨ ਸਿੰਘ ਆਏ ਫਿਰ ਮਨੋਟੇਕ ਸਿੰਘ ਉਪ ਚੇਅਰਮੈਨ ਰਹੇ ਈਵਨ ਜੇ ਐਸਈਆ ਰਿਪੋਰਟ ਦਾ ਪਹਿਲਾ ਪਾਰਟ ਤੁਸੀਂ ਦੇਖੋ ਜਿਹੜੀ ਹੁਣ ਕਨਕਲੂਡਿੰਗ ਰਿਪੋਰਟ ਦਿੱਤੀ ਐ ਉਦੋਂ ਪਹਿਲਾ ਪਾਰਟ ਸੀ ਉਦੋਂ ਚ ਕਿੰਨੀਆਂ ਗੱਲਾਂ ਹਟਾ ਲਈ ਜਾਂਗੇ ਜਾਂ ਕਿਵੇਂ ਹਟੀਆਂ ਨੇ ਕੇਵਲ ਤੇ ਕੇਵਲ ਕਿਸਾਨਾਂ ਅੰਦੋਲਨ ਦੇ ਦਬਦਬੇ ਕਰਕੇ ਅਪਰੋਚ ਚ ਕੁਝ ਨਹੀਂ ਹਟਿਆ ਅਪਰੋਚ ਸੇਮ ਹੈ ਔਰ ਜਿਵੇਂ ਪਹਿਲਾਂ ਕੀਤਾ ਸੀ ਕਿ ਮੁਫਤ ਬਿਜਲੀ ਬੰਦ ਕਰ ਦਿਓ ਫਾਰਮਰ ਦੀ ਜੇ ਉਹ ਹੁਣ ਉਹਦੇ ਚ ਉਹਨਾਂ ਕਾ ਵਾਪਸ ਲੈ ਲਿਆ ਜਿਵੇਂ ਤਿੰਨੇ ਕਾਨੂੰਨ ਕਹਿੰਦੇ ਨੇ ਖੇਤੀ ਕਾਨੂੰਨ ਪਿਛਲੀ ਰਿਪੋਰਟ ਜਿਹੜੀ ਦਿੱਤੀ ਸੀ ਅੰਤਰਰਾਸ਼ਟਰੀ ਰਿਪੋਰਟ ਉਹਦੇ ਵਿੱਚ ਵੀ ਇਹੀ ਸੀ ਕਿ ਏਪੀਐਮਸੀ ਦੀ ਏਪੀਐਮਸੀ ਦੀ ਜਿਹੜੀ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ ਆ ਪੰਜਾਬ ਦਾ ਉਹਦੀ ਜਿਹੜੀ ਮੋਨੋਪੋਲੀ ਤੋੜੋ ਪ੍ਰਾਈਵੇਟ ਇਨਵੈਸਟਰ ਲਈ ਵੀ ਨਵੀਆਂ ਮੰਡੀਆਂ ਕ੍ਰੀਏਟ ਕਰੋ ਉਹ ਅਪਰੋਚ ਉਹਦੇ ਵਿੱਚ ਸੀ ਉਹੀ ਸਾਡਾ ਕਾਨੂੰਨ ਕਹਿੰਦਾ ਸੀ ਇਹੀ ਮਾਮਲੇ ਦੇ ਵਿੱਚ ਉਹੀ ਬਿਜਲੀ ਕਾਨੂੰਨ ਕਹਿੰਦਾ ਜਿਹੜਾ ਹੁਣ 2020 ਦਾ ਤਜਵੀਜ਼ੀਅਤ ਹੈ ਉਹੀ ਮਨਟੇਕ ਸਿੰਘ ਆਲੂਵਾਲੀਆ ਦੀ ਰਿਪੋਰਟ ਕਹਿੰਦੀ ਹੈ ਬੇਸਿਕਲੀ ਕੋਈ ਉਹਦੇ ਵਿੱਚ ਡਿਫਰੈਂਸ ਨਹੀਂ ਇਸ ਲਈ ਅਪਰੋਚ ਲੈਵਲ ਤੇ ਫਰਕ ਨਹੀਂ ਹੈ ਮਨਟੇਕ ਸਿੰਘ ਆਲੂਵਾਲੀਆ ਕੀ ਕਹਿ ਰਿਹਾ ਹੈ ਇਹ ਠੀਕ ਹੈ ਇੱਕ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿਹੜੀ ਪੁਲਿਸ ਦੀ ਭਰਤੀ ਹੈ आ, मतलब ਪੁਲਿਸ ਬੰਦਿਆਂ ਦੀ ਆਬਾਦੀ ਦੇ لحاظ ਨਾਲ ਸਾਡੇ ਬਹੁਤ ਜ਼ਿਆਦਾ ਹੈ ਨਫਰੀ ਜ਼ਿਆਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਹੋਰ ਭਰਤੀ ਐ ਨਾ ਕਰੋ ਫਿਰ ਰੋਜ਼ਗਾਰ ਤਾਂ ਚਾਹੀਦਾ ਲੋਕਾਂ ਨੂੰ ਨਾ ਵੀ ਪੁਲਿਸ ਦੇ ਮਤਕਾਬਲੇ ਉਹ ਤਾਂ ਭਰਤੀ ਬੰਦ ਕਰ ਦਿਓ ਆਲਟਰਨੇਟਿਵ ਕੀ ਦਿਓ ਰੋਜ਼ਗਾਰ ਨਵਾਂ ਪੈਦਾ ਕਿਵੇਂ ਹੋਏਗਾ ਨਵਾਂ ਸਿਸਟਮ ਕਿਵੇਂ ਹੋਏਗਾ ਇਸੇ ਤਰ੍ਹਾਂ ਮਨਤੇਗ ਸਿੰਘ ਆਲੂਵਾਲੀਆ ਦੀ ਰਿਪੋਰਟ ਇਹ ਕਹਿ ਰਹੀ ਹੈ ਕਿ ਜਿਹੜੇ ਜਿਹੜੇ ਸਾਡੇ ਸਰਕਾਰੀ ਥਰ ਮੰਨ ਨੇ ਜਿਹੜੇ ਦੋ ਹੋਰ ਬਚਦੇ ਨੇ ਉਹ ਵੀ ਬੰਦ ਕਰ ਦਿਓ ਬਠਿੰਡਾ ਬੰਦ ਕੀਤਾ ਵੈਲਕਮ ਹੈ ਚੰਗਾ ਸਟੈਪ ਤੇ ਬਾਕੀ ਬੰਦ ਕਰ ਦਿਓ ਟੋਟਲ ਨੀਜੀ ਕਰਨੀ ਸੀ ਕਰਨ ਵਾਲ ਚੱਲ ਜੀ ਟੋਟਲ ਨੀਜੀ ਕਰਨ ਵਾਲਾ ਜਿਹੜੀ ਅਪਰੋਚ ਦਾ ਫੋਕਸ ਜਿਹੜਾ ਹੈ ਉਹ ਟੋਟਲ ਨੀਜੀ ਕਰਨ ਵਾਲਾ ਹੈ ਉਹਦੇ ਚ ਕਿਹਾ ਗਿਆ ਹੈ ਕਿ ਸਾਡੀ ਪਾਵਰ ਕਾਮ ਨਾ ਟਰਾਂਸਮਿਸ਼ਨ ਨੂੰ ਮਜ਼ਬੂਤ ਕਰਨ ਦੇ ਸਮਰੱਥ ਹੈ ਨਾ ਕੁਆਲਿਟੀ ਬਿਜਲੀ ਦੇਣ ਦੇ ਸਮਰੱਥ ਹੈ ਇਸ ਕਰਕੇ ਬਾਹਰ ਦੀਆਂ ਸੁਭਾਵਨਾਵਾਂ ਖੋਲੋ ਪ੍ਰਾਈਵੇਟ ਪੂੰਜੀ ਲਈ ਖੋਲੋ ਤੇ ਉਹੀ ਸਾਰਾ ਉਹ ਤਜਵੀਜ਼ਤ ਬਿਲ ਕਰ ਰਿਹਾ ਕੀ ਫਰਕ ਹੈ ਉਹਦੇ ਚ ਇਹਦੇ ਕਰਕੇ ਇਹ ਜੇ ਲਾਗੂ ਕਰਨਗੇ ਸਗੋਂ ਹੁਣ ਇਹਨੇ ਬਚ ਬਚਾ ਕੇ ਕੁਝ ਗੱਲਾਂ ਬੰਦ ਕਰਤੀਆਂ ਨੇ ਉਹ ਚ ਲਿਖਿਆ ਵੀ ਹੋਇਆ ਉਸ ਰਿਪੋਰਟ ਚ ਕਿ ਬੜਾ ਵੱਡਾ ਅੰਦੋਲਨ ਚੱਲ ਰਿਹਾ ਹੈ ਅੰਦੋਲਨ ਦੀਆਂ ਆਪਣੀਆਂ ਸੰਭਾਵਨਾਵਾਂ ਨੇ ਉਸ ਤਰੀਕੇ ਦੇ ਨਾਲ ਇਹਨੂੰ ਦੇਖਣਾ ਚਾਹੀਦਾ ਔਰ ਉਹ ਕਲੌਜ਼ ਜਿਹੜੀਆਂ ਹਟਾਤੀਆਂ ਜਿਹਦੇ ਤੇ ਗਵਰਨਮੈਂਟ ਨੇ ਨਹੀਂ ਮੰਨਿਆ ਪਿੱਛੇ ਆਲੋਚਨਾ ਬਹੁਤ ਹੋਈ ਸੀ ਅਮਰਿੰਦਰ ਸਰਕਾਰ ਦੀ ਇੱਕ ਗੱਲ ਇਹ ਹੈ ਜਿਹੜੀ ਤੇ ਹੁਣ ਮੁਲਾਜ਼ਮ ਮਤਲਬ ਮੁਜਾਰੇ ਕਰ ਰਹੇ ਨੇ ਗਵਰਨਮੈਂਟ ਉਸੇ ਪਾਸੇ ਚੱਲ ਰਹੀ ਹੈ ਤੇ ਉਹ ਇੰਪਲੀਮੈਂਟੇਬਲ ਹੀ ਕਰ ਰਹੀ ਹੈ ਲਗਭਗ ਪਹਿਲੇ ਹੀ ਪ੍ਰੋਪੋਜ਼ਰ ਨੂੰ ਔਰ ਰਿਪੋਰਟ ਹੈ ਕਿ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਜਿਹੜੇ ਵੀ ਨਵੇਂ ਰੱਖਣੇ ਨੇ ਹਾਲਾਂਕਿ ਇਹ ਨੇ ਤਾਂ ਇਹ ਕਿਹਾ ਪਰ ਉਹ ਪੁਰਾਣਿਆਂ ਨੂੰ ਵੀ ਆਇਂ ਲੱਗਦਾ ਵੀ ਸਾਡੇ ਤੇ ਹੀ ਸ਼ਾਇਦ ਇਹ ਆਂਦਾ ਵੀ ਜਿਹੜਾ ਸਰਕਾਰ ਨੈਸ਼ਨਲ ਲੈਵਲ ਤੇ ਗਵਰਨਮੈਂਟ ਜੋ ਤਨਖਾਹਾਂ ਦੇ ਰਹੀ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਉਸੇ ਤੇ ਭਰਤੀ ਕਰਨਾ ਚਾਹੀਦਾ ਸਾਡੇ ਮੁਲਾਜ਼ਮਾਂ ਨੂੰ ਤਨਖਾਹਾਂ ਜ਼ਿਆਦਾ ਮਿਲਦੀਆਂ ਰਹੀਆਂ ਨੇ ਜੀ ਉਸ ਦੇ ਮੁਕਾਬਲੇ ਔਰ ਕੁਝ ਇਹ ਗੱਲਾਂ ਰੈਸ਼ਨਲੀ ਜੇ ਸੋਚੀਆਂ ਜਾਣ ਮਤਲਬ ਪੁਲਿਸ ਭਰਤੀ ਵਾਲੀ ਤੇ ਇਹ ਜਿਹੜੀ ਮਿਲਣੀ ਚਾਹੀਦੀ ਹੈ ਕਿੰਨੀ ਇਹਦੇ ਤੇ ਸੋਚਿਆ ਜਾ ਸਕਦਾ ਪਰ ਡਾਇਰੈਕਸ਼ਨ ਕਾਰਪੋਰੇਟ ਡਾਇਰੈਕਸ਼ਨ ਹੈ ਡਾਇਰੈਕਸ਼ਨ ਨਿੱਜੀ ਕਰਨ ਦੀ ਡਾਇਰੈਕਸ਼ਨ ਹੈ ਡਾਇਰੈਕਸ਼ਨ ਲੋਕਾਂ ਦੇ ਹਿੱਤ ਦੇ ਵਿੱਚ ਗੱਲ ਕਰਨ ਵਾਲੀ ਨਹੀਂ ਹੈ ਉਹ ਉਸੇ ਦੀ ਇੰਡਸਟਰੀ ਤੇ ਬਿਜਲੀ ਦੀ ਵੀ ਗੱਲ ਕੀਤੀ ਆ ਉਹਨੇ ਹਾਂ ਹਮੇਸ਼ ਸਿੰਘ ਜੀ ਇੱਕ ਚੀਜ਼ ਮੈਂ ਇਹ ਸਮਝਣਾ ਚਾਹੁੰਦਾ ਕਿ ਸਾਡੇ ਕੋਲੇ ਕੋਈ ਇਹੋ ਜਿਹਾ ਇਕਨੋਮਿਸਟ ਹੀ ਹੈ ਨਹੀਂ ਸਾਡੇ ਕੋਲੇ ਕਿ ਸਰਕਾਰ ਨੂੰ ਉਹਨਾਂ ਤੋਂ ਰਿਪੋਰਟ ਬਣਾਣੀ ਪੈ ਰਹੀ ਹੈ ਲੈਣੀ ਪੈ ਰਹੀ ਹੈ ਮੈਂ ਇਹ ਵੀ ਸਮਝਣਾ ਚਾਹੁੰਦਾ ਨਹੀਂ ਇਹ ਪ੍ਰੋਬਲਮ ਸਾਡੀ ਇਹ ਹੈ ਕਿ ਅਸੀਂ ਅਸਲ ਦੇ ਵਿੱਚ ਸਾਡੇ ਕੋਲ ਆਊਟ ਆਫ ਦੀ ਬਾਕਸ ਜਾ ਕੇ ਬਾਹਰ ਸੋਚਣ ਵਾਲੇ ਬੰਦੇ ਬਹੁਤ ਥੋੜੇ ਹੁੰਦੇ ਨੇ ਔਰ ਉਹ ਹੈ ਨਹੀਂ ਕਿਤੇ ਵੀ ਸਾਡੇ ਸਾਡੇ ਵੱਡਾ ਹਿੱਸਾ ਜਿਹੜਾ ਇਕਨੋਮਿਸਟਾਂ ਦਾ ਵੀ ਹੈ ਜਿਹੜਾ ਬਾਕੀ ਵੀ ਹੈ ਉਹ ਉਸੇ ਡਿਵੈਲਪਮੈਂਟ ਦੇ ਮਾਡਲ ਦੇ ਵਿੱਚ ਵਿੱਚ ਸੋਚਦਾ ਸਾਡੀ ਪ੍ਰੋਬਲਮ ਬਣਿਆ ਪਿਆ ਉਹੀ ਡਿਵੈਲਪਮੈਂਟ ਦਾ ਮਾਡਲ ਅਸੀਂ ਉਹਦੇ ਚ ਹੀ ਪੈਚ ਵਰਕ ਕਰਕੇ ਕੀ ਚੀਜ਼ਾਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਉਹਦੇ ਚੋਂ ਵੀ ਕਰਨਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਜੇ ਪੰਜਾਬ ਦੇ ਵੀ ਕੁਝ ਬੰਦੇ ਨਾਲ ਲਏ ਹੁੰਦੇ ਕੁਝ ਬਾਹਰੋਂ ਵੀ ਥੋੜੀ ਉਹਨਾਂ ਦਾ ਗਰਾਊਂਡ ਦੀ ਸਥਿਤੀ ਦੱਸ ਸਕਦੇ ਹਾਂ ਉਹਨਾਂ ਦਾ ਗਰਾਊਂਡ ਦੀ ਮੁਕਾਬਲਤਨ ਜ਼ਿਆਦਾ ਹੁੰਦੀ ਹੈ ਬੈਟਰ ਹੁੰਦਾ ਹੈ ਕਿ ਠੋਸ ਕੰਡੀਸ਼ਨ ਮੁਤਾਬਕ ਆਪਾਂ ਕੀ ਕਰ ਸਕਦੇ ਹਾਂ ਜੇ ਇਸੇ ਮਾਡਲ ਦੇ ਵਿੱਚ ਵੀ ਕੀ ਕਰ ਸਕਦੇ ਕਰਨਾ ਤਾਂ ਇੰਨਾ ਹੀ ਸੀ ਡਵੈਲਪਮੈਂਟ ਦਾ ਮਾਡਲ ਬਦਲਣਾ ਮੇਰਾ ਸਵਾਲ ਇਸ ਕਰਕੇ ਸੀਗਾ ਹਮੇਸ਼ ਸਿੰਘ ਜੀ ਜਦੋਂ ਇਹ ਇਹਨਾਂ ਦੇ ਪਲਾਨਿੰਗ ਕਮਿਸ਼ਨ ਦੇ ਵਿੱਚ ਰਹੇ ਆ ਬਾਅਦ ਚ ਨੀਤੀਯੋਗ ਦੀ ਗੱਲ ਹੋ ਰਹੀ ਹੈ ਸਾਰੀ ਹੋ ਰਹੀ ਹੈ ਉਦੋਂ ਵੀ ਪੰਜਾਬ ਲਈ ਕਈ ਨੀਤੀਆਂ ਉੱਥੋਂ ਬਣ ਕੇ ਆਈਆਂ ਸੀ ਹਮ ਤਾਰਿਆ ਗਿਆ ਸਵਾਲ ਤਾਂ ਇਹ ਹੈ ਸਰ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ ਹੈ ਮੇਰਾ ਸਵਾਲ ਤਾਂ ਇਸ ਕਰਕੇ ਹੈ ਨਹੀਂ ਜੀਨਾ ਨੇ ਤਿਆਰ ਕੀਤੀ ਹੈ ਉਹਨਾਂ ਨੇ ਇੱਥੇ ਲਿਆ ਕੇ ਖੜਾ ਕੀਤਾ ਅੱਜ ਸਾਨੂੰ ਉਹ ਸੈਂਟਰਲਾਈਜ਼ਡ ਪਾਵਰ ਉਦੋਂ ਤੋਂ ਹੀ ਹੁੰਦੀ ਆ ਰਹੀ ਹੈ ਹੁਣ ਥੋੜੀ ਤੇਜ਼ ਹੋ ਗਈ ਹੈ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਉਹ ਬੜੀ ਵੱਡੇ ਪੱਧਰ ਤੇ ਤੇਜ਼ ਹੋ ਗਈ ਹੈ ਔਰ ਉਹਨਾਂ ਦੇ ਕਰਕੇ ਹੀ ਐਗਰੀਕਲਚਰ ਸੈਕੰਡਰੀ ਹੈ ਐਗਰੀਕਲਚਰ ਤੋਂ ਬੰਦੇ ਕੱਢਣੇ ਪੈਣਗੇ ਇਹ ਉਸੇ ਦੀ ਅਪਰੋਚ ਹੈ ਉਸੇ ਅਪਰੋਚ ਦੇ ਤਹਿਤ ਹੀ ਕੰਮ ਹੋ ਰਿਹਾ ਹੈ ਬਿਜਲੀ ਸੈਕਟਰ ਚ ਨਿੱਜੀਕਰਨ ਆਏਗਾ ਥਰਮਲ ਬੰਦ ਹੋਣਗੇ ਉਸੇ ਦੀ ਅਪਰੋਚ ਹੈ ਕਿਉਂਕਿ ਮਨਮੋਹ ਸਿੰਘ ਰਹੇ ਸਰਕਾਰ ਵਲੇ ਇਹ ਪਾਲਸੀਆ ਉਦੋਂ ਤੋਂ 90 ਮਿਆਂ ਤੋਂ ਹੀ ਬਦਲਦੀਆਂ ਆ ਰਹੀਆਂ ਨੇ ਤੇ ਉਦੋਂ ਤੋਂ ਬਦਲਦੀਆਂ ਬਦਲਦੀਆਂ ਹੁਣ ਪਹਿਲਾਂ ਉਹਦਾ ਜਿੰਨਾ ਕਸਰ ਸੀ ਹੌਲੀ 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 ਹੁਣ ਉੱਥੇ ਆ ਗਿਆ ਜਿੱਥੋਂ ਮੁੜਨਾ ਵੀ ਬੜਾ ਮੁਸ਼ਕਲ ਨਜ਼ਰ ਆਉਂਦਾ ਤੇ ਮੁੜੇ ਬਿਨਾ ਸਰਦਾ ਵੀ ਨਹੀਂ ਹੁਣ ਅਸੀਂ ਉਸ ਕਗਾਰ ਤੇ ਆ ਕੇ ਖੜੇ ਆ ਕਿ ਸਾਹਮਣੇ ਨਦੀ ਹੈ ਜਿਵੇਂ ਦਰਿਆ ਆ ਗਿਆ ਤੇ ਉਹਦੇ ਚ ਕੁੱਦੇ ਬਿਨਾ ਵੀ ਨਹੀਂ ਸਰਦਾ ਤੇ ਤੁਸੀਂ ਕੁੱਦਦੇ ਹੋ ਤਾਂ ਡੁੱਬਣ ਦੇ ਵੀ ਜਿਹੜੇ ਖਤਰੇ ਨੇ ਉਸ ਪੱਧਰ ਦੇ ਉੱਤੇ ਇਸੇ ਕਰਕੇ ਮੈਂ ਪਾਲਿਸੀਆਂ ਨੂੰ ਚੈਲੰਜ ਕਰਨ ਦੇ ਲਈ ਮੈਨੂੰ ਤਾਂ ਇਹ ਲੱਗਦਾ ਕਿ ਅਜੇ ਵੀ ਜੇਕਰ ਇਹ ਵਿਦਵਾਨੇ ਸੋਚਦੇ ਨੇ ਕਿ ਕਿਸਾਨ ਅੰਦੋਲਨ ਤੋਂ ਵੀ ਸਿੱਖਿਆ ਨਹੀਂ ਲੈ ਰਹੇ ਉਹਨੇ ਜਿਹੜੀ ਨਿਸਾਨਦੇਹੀ ਕੀਤੀ ਹੈ ਦੋ ਵੱਡੀਆਂ ਚੀਜ਼ਾਂ ਦੀ ਜਿਹੜੀਆਂ ਜਿਹੜੇ ਉਹ ਕਹਿ ਰਹੇ ਨੇ ਉਹ ਬਹੁਤ ਬੜੀ ਬਜਟਮ ਹੈ ਜਿਹਨੂੰ ਨੋਮ ਚਮਸਕੀ ਵਰਗਾ ਜੋਸਫ ਸਟੇਗਲਰਸ ਵਰਗੇ ਵਰਲਡ ਨੋਨ ਚਿੰਤਕ ਜਿਹੜੇ ਨੇ ਜਿਹੜੇ ਕਹਿ ਰਹੇ ਨੇ ਸਿਸਟਮ ਐ ਨਹੀਂ ਚੱਲ ਸਕਦਾ ਉਹ ਕਿਸਾਨ ਅੰਦੋਲਨ ਚੋਂ ਰਸਤਾ ਦੇਖ ਰਹੇ ਨੇ ਨਵਾਂ ਹੱਲ ਉਹ ਕੀ ਦੇਖ ਰਹੇ ਨੇ ਇਕ ਤਾਂ ਫੈਡਰਲਿਜ਼ਮ ਦਾ ਕੁਐਸਚਨ ਵੀ ਸਟੇਟਾਂ ਕੇਂਦਰ ਮਜ਼ਬੂਤ ਜਿੰਨਾ ਹੋਏਗਾ ਉਨੀਆਂ ਪ੍ਰੋਬਲਮਾਂ ਵਿੱਚ ਵਧਣਗੀਆਂ ਕਿਉਂਕਿ ਹਰ ਸਟੇਟ ਦੀ ਬੰਨਸਵੰਨਤਾ ਹੈ ਪੰਜਾਬ ਨੂੰ ਕੁਝ ਹੋਰ ਚੀਜ਼ ਦੀ ਲੋੜ ਹੈ ਜੁਪੀ ਨੂੰ ਕੁਝ ਹੋਰ ਚੀਜ਼ ਦੀ ਲੋੜ ਹੈ ਰਾਜਸਥਾਨ ਦੀ ਨੇਚਰ ਹੋਰ ਹੈ ਤੇ ਅਸੀਂ ਇੱਕੋ ਰਸੇ ਸਾਰਾ ਕੁਝ ਨੂੰ ਸਾਰਿਆਂ ਨੂੰ ਬੰਨਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਸੇ ਦਾ ਵੀ ਭਲਾ ਨਹੀਂ ਹੋਏਗਾ ਵਨ ਨੇਸ਼ਨ ਵਨ ਵਾਲਾ ਫਾਰਮੂਲਾ ਹੈ ਨਹੀਂ ਉਹ ਚੱਲੇਗਾ ਹੀ ਨਹੀਂ ਕਿਉਂਕਿ ਸਾਡੇ ਕਿੰਨੇ ਆ ਤੁਸੀਂ ਦੇਖੋ ਦੇਸ਼ ਤਾਂ ਕਿਹਾ ਜਾਏ ਦੋ ਸੂਬੇ ਬਿਲਕੁਲ ਗੁਆਂਡੀ ਨੇ ਉੱਚੇ ਮੈਜੋਰਮ ਬਣਿਆ ਇੱਕ ਦੀ ਪੁਲਿਸ ਦੂਜੇ ਦੇ ਪੁਲਿਸ ਦੇ ਬੰਦੇ ਮਾਰ ਦਿੰਦੀ ਹੈ ਬਾਰਡਰ ਤੇ ਜਿਵੇਂ ਐਡਵਾਈਜ਼ਰੀ ਵਿਚਾਰੀ ਹੋ ਰਹੀ ਹੈ ਹਾਂ ਜਿਵੇਂ ਗੁਆਂਡੀ ਮਤਲਬ ਦੋ ਦੇਸ਼ ਲੜ ਰਹੇ ਹੁੰਦੇ ਨੇ ਆਏ ਨੇ ਇੰਨੀ ਜਿਹੜੀ ਵਿਖਰੇਵੇਂ ਨੇ ਇੰਨਾ ਜਿਹੜਾ ਬੋਲੀਆਂ ਦਾ ਸਭਿਆਚਾਰ ਦਾ ਔਰ ਹਿਸਟੋਰੀਕਲ ਬੈਕਗਰਾਉਂਡ ਦਾ ਕੋਲਕਤੀ ਦਾ ਜਿੰਨੀਆਂ ਜਿੰਨੀਆਂ ਚੀਜ਼ਾਂ ਦੇ ਵਿਖਰੇਵੇਂ ਨੇ ਸਾਡੇ ਉਹਨਾਂ ਵਿਖਰੇਵਿਆਂ ਨੂੰ ਮੰਨਦੇ ਹੋਏ ਸਾਨੂੰ ਜਿਸ ਲੈਵਲ ਦਾ ਢਾਂਚਾ ਚਾਹੀਦਾ ਅਸੀਂ ਉਲਟ ਦਿਸ਼ਾ ਵੱਲ ਦੌੜੇ ਜਾ ਰਹੇ ਹਾਂ ਕੇਂਦਰੀਕਰਨ ਵੱਲ ਪਹਿਲਾਂ ਸਿੱਖਿਆ ਸਾਂਝੀ ਸੂਚੀ 'ਚ ਲਿਆਂਦੀ ਫਿਰ ਸਿਹਤ ਸਾਂਝੀ ਸੂਚੀ 'ਚ ਲਿਆਂਦੀ ਜਦ ਸਿਹਤ ਦਾ ਰੌਲਾ ਆਇਆ ਕਿ ਤੁਹਾਡੇ ਕੋਲ ਆਕਸੀਜਨ ਦੀਆਂ ਮੌਤਾਂ ਆਕਸੀਜਨ ਘਟਣ ਨਾਲ ਕਿੰਨੀਆਂ ਹੋਈਆਂ ਨੇ ਤਾਂ ਗਵਰਨਮੈਂਟ ਆਫ ਇੰਡੀਆ ਕਹਿੰਦੀ ਐ ਸਟੇਟ ਸਬਜੈਕਟ ਸਾਡੇ ਕੋਲ ਤਾਂ ਸਟੇਟਾਂ ਨੇ ਸਾਨੂੰ ਦਿੱਤਾ ਨਹੀਂ ਐ ਤਾਂ ਹੱਥ ਛੱਡ ਦਿਓ ਮਤਲਬ ਪਾਲਿਸੀ ਸਭ ਲਾਗੂ ਤੁਸੀਂ ਕਰੋ ਸਟੇਟ ਤੇ ਹੱਥ ਆਪਣੇ ਆਪ ਛੱਡ ਲਓ ਸਾਡੀ ਪ੍ਰੋਬਲਮ ਕੀ ਰਹੀ ਐ ਪਿਛਲੇ ਸਮੇਂ ਤੋਂ ਸਾਡੀਆਂ ਜਿਹੜੀਆਂ ਸਟੇਟ ਦੀਆਂ ਗਵਰਨਮੈਂਟਾਂ ਨੇ ਜਾਂ ਸਟੇਟ ਚਲਾਉਣ ਵਾਲੀਆਂ ਪਾਰਟੀਆਂ ਨੇ ਉਹ ਵੀ ਸਰੈਂਡਰ ਕਰਦੀਆਂ ਪਿਛਲੇ 30 ਸਾਲਾਂ ਤੋਂ ਅਸਲ 'ਚ ਨੈਸ਼ਨਲ ਉਹ ਸਾਹਮਣੇ ਜਿਹੜਾ ਉਹ ਹਮਲਾ ਸੀ ਕਾਰਪੋਰੇਟ ਦਾ ਜਾਂ ਜਿਹੜਾ ਉਸ ਲੈਵਲ ਦਾ ਬੁੱਧਕ ਲਾਣਾ ਟੋਟਲ ਸੀ ਜਾਂ ਉਸ ਲੈਵਲ ਦੀ ਕੇਂਦਰ ਸਰਕਾਰ ਸੀ ਉਹ ਵੀ ਵਿੱਚੋਂ ਫਾਇਦੇ ਲੈਣਾ ਸ਼ੁਰੂ ਕਰ ਗਏ ਇਸੇ ਕਰਕੇ ਇਹਨਾਂ ਨੇ ਨਾ GST ਦਾ ਵਿਰੋਧ ਕੀਤਾ ਹੁਣ GST ਦਾ ਬਕਾਇਆ ਦਿਓ ਜੀ ਸਾਡਾ ਜਦੋਂ ਸੈਂਟਰਲ ਲੈਕਟ ਉਹਨਾਂ ਦਾ ਬਣ ਗਿਆ ਟੈਕਸ ਉਹ ਲਾ ਸਕਦੇ ਨੇ ਟੈਕਸ ਉਹ ਹਟਾ ਸਕਦੇ ਨੇ ਤੁਹਾਡਾ ਬਕਾਇਆ ਕਿਨੇ ਦੇਣਾ ਉਸੇ ਕੀ ਕਰ ਰਹੇ ਨਹੀਂ ਸਟੇਟ ਗਵਰਨਮੈਂਟ ਇੰਨੀ ਦੱਬੀਆਂ ਹੋਈਆਂ ਕਿਉਂ ਮਹਿਸੂਸ ਕਰਦੀਆਂ ਉਹਦੀ ਵਜ੍ਹਾ ਤਾਂ ਹੋਊਗੀ ਨਾ ਹਮਿਰ ਸਿੰਘ ਜੀ ਜਿਵੇਂ ਸੰਗੀਟਾਂਚੇ ਦੀ ਅਪਰੋਚ ਨੂੰ ਲੈ ਕੇ ਚੱਲਦੇ ਆ ਕਿ ਸੰਗੀਟਾਂਚੇ ਨੂੰ ਮਜ਼ਬੂਤੀ ਦੇਣੀ ਚਾਹੀਦੀ ਹੈ ਕੇਂਦਰੀਕਰਨ ਨਹੀਂ ਹੋਣਾ ਚਾਹੀਦਾ ਨੀਤੀਆਂ ਦਾ ਉਸ ਦੇ ਬਾਵਜੂਦ ਫਿਰ ਅਸੀਂ ਕੇਂਦਰ ਦੇ ਅੱਗੇ ਇਹ ਝੁੱਕ ਕੇ ਜਾ ਰਹੇ ਹਾਂ ਝੁੱਕ ਕੇ ਜਾ ਰਹੇ ਇਹ ਝੁੱਕੇ ਮੈਨੂੰ ਲੱਗਦਾ ਜਦੋਂ ਟੋਟਲ ਸਿਆਸਤ ਬਦਲ ਗਈ ਹੈ ਸਿਆਸਤ ਇਸ ਤਰ੍ਹਾਂ ਦੀ ਹੋ ਗਈ ਕਿ ਸਿਆਸਤ ਲੋਕਾਂ ਦੀ ਸਿਆਸਤ ਨਹੀਂ ਰਹੀ ਸਿਆਸਤ ਬਿਜ਼ਨਸ ਦਾ ਰੂਪ ਲੈ ਗਈ ਵਪਾਰ ਦਾ ਰੂਪ ਲੈ ਗਈ ਵਪਾਰ ਦੇ ਵਿੱਚ ਹਮੇਸ਼ਾ ਕੰਪਰੋਮਾਈਜ਼ ਹੁੰਦੇ ਨੇ ਨਿੱਜੀ ਹਿੱਤ ਨਿੱਜੀ ਹਿੱਤ ਹੁੰਦੇ ਨੇ ਕਿ ਮੈਨੂੰ ਇਹਦੇ ਚੋ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਤੇ ਜਦੋਂ ਪਹਿਲੀ ਵਾਰ ਅਕਾਲੀ ਦਲ ਸਭ ਤੋਂ ਫੈਡਰਲ ਪਾਰਟੀ ਸੀ ਸਾਡੇ ਜਿਨ੍ਹਾਂ ਏਡੇ ਵੱਡੇ ਮੋਰਚੇ ਲਾਏ ਜਦੋਂ ਉਹਨਾਂ ਨੂੰ ਇਹ ਹੋ ਗਿਆ ਕਿ ਰਾਜ ਕਰੋ ਉਹ ਸਰਕਾਰਾਂ ਤੋੜ ਦਿੰਦੇ ਨੇ ਬਾਰ-ਬਾਰ ਆਪਾਂ ਜਿੱਤਦੇ ਆਂ 1.5 ਸਾਲ ਬਾਅਦ ਤੋੜ ਸੀ 2 ਸਾਲ ਆਪਾਂ 5 ਸਾਲ ਕਰਨਾ ਤਾਂ ਪਹਿਲੀ ਵਾਰ 1996 ਚ ਇੱਕ ਸੱਦਾ ਆਉਂਦਾ ਇੱਕ ਨਜ਼ਰੀਆ ਬਦਲਦਾ ਅਨ ਕੰਡੀਸ਼ਨਲ ਸਪੋਰਟ ਬੀਜੇਪੀ ਦੀ ਜਦੋਂ ਹੁਣ 30 ਸਾਲ ਅਨ ਕੰਡੀਸ਼ਨਲ ਸਪੋਰਟ ਹੈ ਜਿਹੜੀ ਸਭ ਤੋਂ ਸੈਂਟਰਲਾਈਜ਼ਡ ਪਾਰਟੀ ਹੈ ਤਾਂ ਫਿਰ ਤੁਸੀਂ ਕਿਵੇਂ ਕਰੋਗੇ ਉਹਦਾ ਕੰਮ ਉਹਦੇ ਖਿਲਾਫ ਕਿਵੇਂ ਖੜੇ ਹੋਵੋਗੇ ਕਾਂਗਰਸ ਪਹਿਲਾਂ ਹੀ ਕਾਂਗਰਸ ਦਾ ਜੁਨਟ ਤਾਂ ਤੁਹਾਡੇ ਸਾਹਮਣੇ ਹੈ ਕਾਂਗਰਸ ਦੇ ਵਿੱਚ ਤਾਂ ਫੈਡਰਲ ਸਟਰਕਚਰ ਦਾ ਸੁਭਾਵਨਾ ਆਪਣੀ ਪਾਰਟੀ ਦੇ ਅੰਦਰ ਨਹੀਂ ਅੱਜ ਕੀ ਹੈ ਅੱਜ ਅਮਰਿੰਦਰ ਸਿੰਘ ਹੈ ਇੱਥੇ ਬੰਨ ਲੋ ਅਮਰਿੰਦਰ ਸਿੰਘ ਦੇ ਵੇਲੇ ਥੋੜਾ ਜਿਆ ਹੋਇਆ ਜਿਵੇਂ 2002 ਦੇ ਵਿੱਚ ਇੱਕ ਪਾਣੀਆਂ ਦਾ ਐਕਟ ਰੱਦ ਕਰਤਾ ਫਲਾਨਾ ਕਰਤਾ ਫਲਾਨਾ ਕਰਤਾ ਪਰ ਹੁਣ ਕੀ ਹੋ ਰਿਹਾ ਉਸੇ ਅਮਰਿੰਦਰ ਸਿੰਘ ਦੀ ਸੰਗੀ ਜਿਹੜੀ ਹੈ ਉਹ ਹਾਈਕ ਸੋ ਕਾਲਡ ਹਾਈ ਕਮਾਂਡ ਰੌਹਲ ਗਾਂਧੀ ਉਹੜੀ ਘੁੱਟ ਰਹੇ ਨੇ ਨਾ ਹੂੰ ਕਿਸੇ ਨੂੰ ਇੱਥੇ ਦਿਨ ਨੂੰ ਪੁੱਛਿਆ ਜਾਂ ਉੱਥੇ ਦਿਨ ਨੂੰ ਤੇ ਨਵਜੋਤ ਸਿੱਧੂ ਆਇਆ ਨਵਜੋਤ ਸਿੱਧੂ ਹਾਈ ਕਮਾਂਡ ਹਾਈ ਕਮਾਂਡ ਕਰ ਰਿਹਾ 18 ਕਰ ਨੋਕਾਤੀ 18 ਨਕਾਤੀ ਜਨਨ ਕਿ ਤੁਸੀਂ ਤੁਸੀਂ 18 ਨਕਾਤੀ ਪ੍ਰੋਗਰਾਮ ਲਈ ਹਾਈ ਕਮਾਂਡ ਕਾਉਂਟ ਹੁੰਦੀ ਹੈ ਨਹੀਂ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਕੈਪਟਨ ਬ੍ਰਿੰਦਰ ਸਿੰਘ ਥੋੜਾ ਜਿਹਾ ਨੂੰ ਸੂਬੇ ਵੱਲ ਲੈ ਕੇ ਆਏ ਸੀਗੇ ਪੂਰੀ ਪੋਲਿਟਿਕਸ ਨੂੰ ਤੇ ਸਿੱਧੂ ਸਾਹਿਬ ਨੇ ਉਹੀ ਪੋਲਿਟਿਕਸ ਫਿਰ ਹਾਈ ਕਮਾਂਡ ਨੂੰ ਦੇ ਦਿੱਤੀ ਫਿਰ ਹਾਈ ਕਮਾਂਡ ਦੇ ਕੋਲ ਚਲੀ ਗਈ ਹੈ ਇਹ ਬਹੁਤ ਵੱਡਾ ਇੱਕ ਸਟਰੈਟਜੀਕਲ ਦੁਖਾਨਤ ਹੈ ਇਹ ਠੀਕ ਹੈ ਕਿ ਉਹ ਨਜਾਤ ਆ ਸਕਿਆ ਕਿਉਂਕਿ ਅਮਰਿੰਦਰ ਸਿੰਘ ਨੇ 4.5 ਸਾਲ ਚ ਕੱਖ ਨਹੀਂ ਕੀਤਾ ਹਾਂ ਅਮਰਿੰਦਰ ਸਿੰਘ ਨੇ ਜਿਹੜਾ ਘਰ ਘਰ ਨੌਕਰੀ ਦਾ ਸਵਾਲ ਸੀ ਸਮੁੱਚਾ ਕਰਜ਼ਾ ਮਾਫ਼ ਕਰਨ ਦਾ ਸਵਾਲ ਸੀ ਬੇਅਦਮੀ ਦਾ ਸਵਾਲ ਸੀ ਨਸ਼ੇ ਦਾ ਸਵਾਲ ਸੀ ਉਹਨਾਂ ਤੇ ਕਾਰਗੁਜ਼ਾਰੀ ਨਹੀਂ ਦਿਖਾਈ ਕਾਰਗੁਜ਼ਾਰੀ ਨਾ ਦਿਖਾਉਣ ਕਰਕੇ ਉਹ ਵੀਕ ਹੋ ਗਿਆ ਤਾਂ ਦੂਜਾ ਹਾਈ ਕਮਾਂਡ ਦਾ ਸਹਾਰਾ ਲੈ ਕੇ ਬਾਕੀ ਦੇ ਬੰਦੇ ਚਲੋ ਕਲਮ ਲਾ ਕੇ ਤੁਸੀਂ 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 ਇਹ ਗੱਲ ਕਹ ਦਿੱਤੀ ਵੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸੰਗਠਾ ਨੂੰ ਬਚਾਉਣ ਵਿੱਚ ناکਾਮਜਬ ਰਿਹਾ ਤੇ ਪ੍ਰਕਾਸ਼ ਸਿੰਘ ਬਾਦਲ ਵੀ ਰਿਹਾ ਏ ਕੀ ਕਰਨਾ ਚਾ ਰਹੇ ਹੋ ਬਿਲਕੁਲ इवन ਤੀਜੀ ਪਾਰਟੀ ਲਈ ਮੈਂ ਕੇਜਰੀਵਾਲ ਉਥੇ ਹਾਈ ਕਮਾਂਡ ਕਲਚਰ ਚ ਕੇਜਰੀਵਾਲ ਆਪਣੀ ਲੜਾਈ ਨਹੀਂ ਲੜ ਰਿਹਾ ਜਦੋਂ ਜਦੋਂ ਉਹਦੇ ਟੈਨਯਰ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਐਕਟ ਬਣਾ ਕੇ ਨਮਾ ਸਾਰਾ ਸਰਕਾਰ ਦੀ ਤਾਕਤ ਲੈਫਟੀਨੈਂਟ ਗਵਰਨਰ ਨੂੰ ਦੇ ਦਿੱਤੀ ਤੁਹਾਡਾ ਅੰਦੋਲਨ ਕਿੱਥੇ ਹੈ ਚਲੋ ਤੁਸੀਂ ਲੜ ਕਿਹਦੇ ਨਾਲ ਰਹੇ ਹੋ 1970 ਦਾ ਵੀ ਮਸਲਾ ਦਾ ਹਮੀਰ ਸਿੰਘ ਜਿਹੜੀ ਗੱਲ ਤੋਂ ਸੀ ਕਰ ਰਹੇ ਉਹ ਵੀ ਸੰਗੀ ਢਾਂਚੇ ਦੇ ਮਸਲੇ ਦੇ ਨਾਲ ਖੜਾ ਹੁੰਦਾ ਹੈ ਇੱਕ ਹੋਰ ਛੋਟਾ ਹੈ ਬ੍ਰੇਕ ਬ੍ਰੇਕ ਤੋਂ ਵਾਪਸ ਆਵਾ ਕੇ ਹਮੀਰ ਸਿੰਘ ਖਰਾ ਕੋਲ ਹੋਰ ਵੀ ਬਹੁਤ ਸਾਰੇ ਸਵਾਲ ਕਰਦੇ ਆਂ ਸਮੱਸਿਆ ਬਹੁਤ ਵੱਡੀ ਹੈ ਕਿ ਸੰਗੀ ਢਾਂਚੇ ਦੀ ਮਜ਼ਬੂਤੀ ਦੇ ਲਈ ਇਹ ਕੰਮ ਕਰਨਾ ਹੈ ਤੇ ਉਹਦੇ ਵਿੱਚ ਖੇਤੀ ਤੇਰ ਨੂੰ ਬਹੁਤ ਵੱਡਾ ਰੋਲ ਨਿਭਾਉਣ ਦੀ ਜ਼ਰੂਰਤ ਹੈਗੀ ਹੈ ਪਰ ਜਿਹੜੀ ਪੰਜਾਬ ਦੀ ਖੇਤੀ ਤੇਰ ਸੀ ਜਿਹਨੇ ਬਹੁਤ ਸਾਰੇ ਮੋਰਚੇ ਲਾਇ ਜਿਹੜੇ ਕੁਰਬਾਨੀਆਂ ਦਾ ਬਣੀ ਤੇਰ ਸੀ ਜਿਹੜੀ 100 ਸਾਲ ਹੋ ਕੇ ਆ ਉਹ ਤੇ ਰਹੀ ਹੈ ਜਿਹੜੀ ਉਹ ਸੈਂਟਰ ਪਾਲਿਸਿਸ ਦੇ ਨਾਲ ਜੁੜੀ ਹੋਈ ਨਸਰ ਆਈ ਤੇ ਹੁਣ ਉਹਦੇ ਹਾਲਾਤ ਕੀ ਐ ਤੇ ਉਸ ਦੇ ਨਾਲ ਪੰਜਾਬ ਨੂੰ ਹੁਣ ਕਿਹੜੀ ਸਮੱਸਿਆ ਦੇ ਵਿੱਚੋਂ ਕਿਹੜੀ ਪਾਰਟੀ ਕੱਢ ਸਕਦੀ ਆ ਸਵਾਲ ਬਹੁਤ ਸਾਰੇ ਵਾਪਸ ਆ ਰਹੇ ਆ ਇਹ ਕੋ ਫੇ ਤੁਹਾਡਾ ਸਵਾਲ ਕਰਦੇ ਆ ਸੰਕਟਾਂ ਚੋਂ ਕਿਵੇਂ ਨਿਕਲੇਗਾ ਪੰਜਾਬ ਹਮੇਸ਼ ਸਿੰਘ ਜੀ ਬਿਜਲੀ ਸਮਝੌਤਿਆਂ ਦਾ ਬਹੁਤ ਹੁਣ ਰੋਲਾ ਪੈ ਰਿਹਾ ਜਦੋਂ ਅਖੀਰਲੇ ਕੁਝ ਮਹੀਨੇ ਬਾਕੀ ਆ ਤੇ ਉਦੋਂ ਇਹ ਰੋਲਾ ਪੈਣਾ ਜ਼ਿਆਦਾ ਸ਼ੁਰੂ ਹੋ ਗਿਆ ਸਵਾਲ ਇਹ ਆ ਜੋ ਕੈਪਟਨ ਅਮਰ ਸਿੰਘ ਨੇ ਪਾਵਰ ਕਾਮ ਨੂੰ ਹੁਕਮ ਦਿੱਤੇ ਆ ਉਹ ਹੁਕਮ ਲਾਗੂ ਹੋ ਸਕਤੇ ਆ ਜੇ ਹੁਕਮ ਲਾਗੂ ਹੋਣ ਕੇ ਮੇਰਾ ਸਵਾਲ ਤਾਂ ਉਸ ਜਿਹੜੇ ਸਾਹਮਣੇ ਬੈਠੇ ਲੋਕ ਆ ਉਹਨਾਂ ਦਾ ਸਾਨੂੰ ਬਿਜਲੀ ਸਸਤੀ ਕਦੋਂ ਮਿਲੇਗੀ ਤੁਸੀਂ ਜਿੰਨੀ ਮਰਜ਼ੀ ਸਿਆਸਤ ਕਰੋ ਅਮੀਰ ਸਿੰਘ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਇੱਕ ਬੜਾ ਵੱਡਾ ਬੰਦਾ ਸੀ ਇਹ ਕਿ ਪਾਵਰ ਪਰਚੇਜ ਐਗਰੀਮੈਂਟ ਕਿਉਂਕਿ ਉਹਨਾਂ ਕਰਕੇ ਬਿਜਲੀ ਮਹਿੰਗੀ ਹੋ ਰਹੀ ਹੈ ਅਸੀਂ ਉਹਨਾਂ ਨੂੰ ਰਿਵਿਊ ਕਰਾਂਗੇ ਉਹ ਰਿਵਿਊ ਨਹੀਂ ਹੋਇਆ ਹੁਣ ਸਭ ਤੋਂ بڑا ਜੇ ਰਿਵਿਊ ਕਰਨਾ ਸੀ ਤਾਂ ਉਹਦੇ ਪਿੱਛੇ ਇੱਕ ਗੱਲ ਏ ਸੀ ਪਹਿਲਾਂ ਤਾਂ ਇਹ ਸੋਚਣਾ ਚਾਹੀਦਾ ਸੀ ਇੱਕ ਅਧਿਐਨ ਜਿਹੜਾ ਕਰਾਇਆ ਜਾਂਦਾ ਸੀ ਜਿਹਦੇ ਤੇ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਉਹ ਤਾਂ ਨਹੀਂ ਕਰਾਂਗੇ ਅਸੀਂ ਵਾਈਟ ਪੇਪਰ ਲਿਆਵਾਂਗੇ ਜਿਹੜਾ 2020 ਦੇ ਸ਼ੁਰੂ ਚ ਇਹਨਾਂ ਨੇ ਕਿਹਾ ਸੀ ਤਾਂ ਵਾਈਟ ਪੇਪਰ ਦਾ ਮਤਲਬ ਕੀ ਸੀ ਕਿ ਕਿਹੜੇ ਕਿਹੜੇ ਪਾਰਟ ਤੇ ਗਲਤੀ ਹੋਈ ਉਹ ਚ ਕੀ ਕੀ ਗਲਤ ਹੈ ਕੀ ਇੰਟੈਂਸ਼ਨਲੀ ਸਿਆਸਤਦਾਨਾਂ ਨੇ ਕੀਤਾ ਉਹਦੇ ਚ ਕਿਹੜੇ ਬਿਊਰੋਕਰੇਟਸ ਸ਼ਾਮਲ ਸੀ ਇੱਕ ਜ਼ਿੰਮੇਵਾਰੀ ਤਾਂ ਹੁੰਦੀ ਹੈ ਨਾ ਜਦੋਂ ਤੁਸੀਂ ਵਾਈਟ ਪੇਪਰ ਲਿਆਉਂਦੇ ਹੋ ਤਾਂ ਉਹ ਚੀਜ਼ ਲੋਕਾਂ ਦੇ ਸਾਹਮਣੇ ਰੱਖਦੇ ਹੋ ਜਨਤਾ ਦੇ ਕਿ ਦੇਖੋ ਆਹ 10 ਸਾਲਾਂ ਦੇ ਵਿੱਚ ਆਹ ਗਲਤ ਹੋਇਆ ਇਹ ਗਲਤ ਦੇ ਵਿੱਚ ਆ ਆ ਬੰਦੇ ਜ਼ਿੰਮੇਵਾਰ ਨੇ ਇਹਨਾਂ ਨੂੰ ਅਸੀਂ ਆ ਸਜ਼ਾ ਦੇ ਰਹੇ ਹਾਂ ਤੇ ਹੁਣ ਅਸੀਂ ਨਵੇਂ ਸਿਰਿਓਂ ਇਹ ਸਮਝੌਤੇ ਤੋੜ ਰਹੇ ਹਾਂ ਫਿਰ ਤਾਂ ਕੋਈ ਗੱਲ ਵੱਜ ਵੀਤ ਬਣਦੀ ਹੈ ਹੁਣ ਵਾਈਟ ਪੇਪਰ ਅੱਜ ਤੱਕ ਕਿਉਂ ਨਹੀਂ ਆਇਆ ਚੀਫ ਮਿਨਿਸਟਰ ਦੀ ਅਗਵਾਈ ਦੇ ਵਿੱਚ ਚਾਰ ਮਿਨਿਸਟਰਾਂ ਦੀ ਇੱਕ ਕਮੇਟੀ ਬਣੀ ਜਿਸ ਆਹੀ ਮਾਰਚ ਦੇ ਵਿੱਚ ਜਿਹਦੀ ਮੀਟਿੰਗ ਹੋਈ ਐ ਇਸ ਸਾਲ ਜੀ ਸੁਖ ਸਰਕਾਰੀਆ ਉਹਦਾ ਸੁਖਜਿੰਦਰ ਰੰਧਾਵਾ ਉਹਦਾ ਇੱਕ ਮੈਂਬਰ ਹੈ ਤ੍ਰਿਪਤ ਬਾਜਵਾ ਉਹਦਾ ਇੱਕ ਮੈਂਬਰ ਹੈ ਵਿਜੇਂਦਰ ਸਿੰਘਲਾ ਉਹਦਾ ਮੈਂਬਰ ਹੈ ਸੁੰਦਰ ਸ਼ਾਮ ਅਰੋੜਾ ਉਹਦਾ ਮੈਂਬਰ ਹੈ ਠੀਕ ਹੈ ਉਹ ਵਾਈਟ ਪੇਪਰ ਤੁਸੀਂ ਗਿਆ ਕਿੱਥੇ ਹੁਣ ਫਿਰ ਜੇ ਤੁਸੀਂ ਬਣਾ ਲਿਆ ਉਹ ਉਹ ਲੋਕਾਂ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਕਿ ਕੀ ਆ ਉਹਦੇ ਘੱਟੋ ਘੱਟ ਲੋਕ ਵਿਆਖਿਆ ਕਰਨ ਜੇ ਲਿਆਂਦਾ ਜਾਊਗਾ ਹਮਿੰਦਰ ਸਿੰਘ ਫਿਰ ਕਾਰਵਾਈ ਕਰਨੀ ਪੈਣੀ ਹੈ ਨਾ ਉਹੀ ਤਾਂ ਕੁਐਸਚਨ ਹੈ ਫਿਰ ਜੇ ਉਹ ਕਾਰਵਾਈ ਨਹੀਂ ਕਰਦੇ ਤਾਂ ਤੁਸੀਂ ਇੱਕ ਨਵਾਂ ਹੁਣ ਕਹਿਤਾ ਜੇ ਆ ਕੇ ਪਾਵਰ ਕਾਮ ਨੂੰ ਕਿ ਤੁਸੀਂ ਤੋੜ ਦਿਓ ਜੀ ਸਮਝੌਤਾ ਤੋੜ ਦਿਓ ਜਾਂ ਸਮਝੌਤਾ ਰੱਦ ਹੋ ਕਰੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਸਮਝੌਤਾ ਕੈਬਨਟ ਲੈਵਲ ਤੇ ਹੋਇਆ ਹੋਇਆ ਜਿਨ੍ਹਾਂ ਦੀ ਅਪਰੂਵਲ ਮੰਤਰੀ ਮੰਡਲ ਨੇ ਦਿੱਤੀ ਹੈ ਪਾਵਰ ਕਾਮ ਦੀ ਉਹ ਔਕਾਤ ਹੈ ਕਿ ਉਹਨੂੰ ਤੋੜ ਦੇਗਾ ਇਕ ਤਾਂ ਟੈਕਨੀਕਲੀ ਲੀਗਲ ਹੀ ਹੈ ਦੂਜੀ ਗੱਲ ਤੁਸੀਂ ਹੁਣੇ ਦੋ ਪੱਥਰ ਬਾਰੇ ਏਜੀ ਦੀ رائے ਲੈ ਕੇ ਹਟਿਓ ਆ ਜੁਲਾਈ ਦੇ ਵਿੱਚ ਹੀ ਉਹਦੀ رائے ਹੈ ਬਿਲਕੁਲ ਠੀਕ ਹੈ ਉਹ ਹੈਗਾ ਜੀਵੀ ਕੇ ਬਾਰੇ ਤੇ ਇੱਕ ਦਬੋਦਰ ਵੈਲੀ ਜਿਹੜਾ ਪ੍ਰੋਜੈਕਟ ਹੈ ਉਹਦੇ ਬਾਰੇ ਤੇ ਉਹਨੇ ਕਿਹਾ ਹੋਇਆ ਕਿ ਇਕੋਲੋਜੀ ਕੋਈ ਨਹੀਂ ਹੈ ਜਿੰਨਾ ਚ ਤੁਸੀਂ ਤੋੜ ਸਕਦੇ ਹੋ ਇਸ ਪੱਧਰ ਦੇ ਉੱਤੇ ਸਮਝੌਤਾ ਪਹਿਲਾਂ ਏਜੀ ਦੀ رائے ਲੈ ਲਓ ਉਹ رائے ਉਲਟੀ ਹੈ ਤੇ ਉਸ ਤੋਂ ਬਾਅਦ ਉਹ ਕੋਰਟ ਚ ਦਿਖਾਉਂਦੇ ਜਾ ਕੇ ਕਿ ਏਜੀ ਦੀ رائے ਆ ਕਹਿੰਦੀ ਹੈ ਜੀ ਸਰ ਏਜੀ ਦੀ رائے ਵੀ ਤੁਸੀਂ ਜ਼ਿਕਰ ਕਰਦੇ ਹੋ ਪਾਵਰ ਕੌਂਸਲ ਤੇ ਸੀਐਮਡੀ ਦੀ رائے ਦੀ ਵੀ ਜ਼ਿਕਰ ਕਰ ਲਓ ਨਾ ਇਸ ਤੋਂ ਪਹਿਲਾਂ ਉਹਨਾਂ ਦੀ ਉਹਨਾਂ ਦੇ رائے ਵੀ ਇਹਨਾਂ ਸਮਝੌਤਿਆਂ ਦੇ ਨਾਲ ਹੀ ਖੜੀ ਹੈ ਨਾ ਨਹੀਂ ਬਿਲਕੁਲ ਉਹ رائے ਖੜੀ ਹੋ ਹੈ ਜੇ ਉਹ رائے ਖੜੀ ਹੈ ਹਾਂ ਇਸੇ ਕਰਕੇ ਪ੍ਰੋਬਲਮ ਹੈ ਕਿ ਜੇ ਉਹ ਜਿਹੜੇ ਪਾਵਰ ਕਾਮ ਦੇ ਪੁਰਾਣੇ ਸੀਐਮਡੀ ਦੀ ਜਿਹੜੀ رائے ਹੈ ਜੇ ਉਹ ਵਾਈਟ ਪੇਪਰ ਆਉਂਦਾ ਤਾਂ ਉਹ ਸਭ ਦੇ ਮਤਲਬ ਹਲਕਾ ਚੜਦੀ ਹੈ ਸਾਰੇ ਬੰਦਿਆਂ ਨੂੰ ਪ੍ਰੋਬਲਮ ਖੜੀ ਹੁੰਦੀ ਹੈ ਉਹਦੇ ਨਾਲ ਔਰ ਦੂਜੀ ਗੱਲ ਇਹ ਹੈ ਕਿ ਜੇ ਇਹ ਸਮਝੌਤਿਆਂ ਦੀ ਵੀ ਆਪਾਂ ਗੱਲ ਕਰੀਏ ਇਦੇ ਚ ਇਹ ਜਿਹੜੇ ਜਿਹੜੇ ਲੌਜੀਕ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੋੜ ਦੋ ਕਿਉਂਕਿ ਆਹ ਜਿਹੜਾ ਸੀਜ਼ਨ ਆ ਇਹਦੇ ਚ ਇਹਨਾਂ ਨੇ ਪੂਰੀ ਬਿਜਲੀ ਨਹੀਂ ਦਿੱਤੀ ਤਲਵੰਡੀ ਸਾਹਿਬ ਉਹਨਾਂ ਦਾ ਬਿਲਕੁਲ ਉਹ 9 April ਤੋਂ ਲੈ ਕੇ 30 June ਤੱਕ ਪਹਿਲਾਂ March ਤੋਂ ਹੀ ਉਹਦੀ ਕਟਰਬਾਈਨ ਬੰਦ ਸੀ ਦੂਜੇ ਦੋ ਵੀ ਬੰਦ ਹੋ ਗਏ ਸੀ ਪਰ ਇਹਦੇ ਚ ਕਲੌਜ ਹੈ ਨਹੀਂ ਇਹਦੇ ਚ ਉਹ ਕਲੌਜ ਹੈ ਹੀ ਨਹੀਂ ਤੁਸੀਂ ਪਾਈ ਪੀਏ ਚ ਕਲੌਜ ਹੈ ਕਿ ਇੱਕ ਸਾਲ ਦੇ ਵਿੱਚ ਇੱਕ ਫਾਈਨੈਂਸ਼ੀਅਲ ਇਅਰ ਦੇ ਵਿੱਚ ਉਹਨੇ ਤੁਹਾਨੂੰ 75% ਤੋਂ ਉੱਪਰ 80% ਬਿਜਲੀ ਦੇਣੀ ਹੈ ਪੀਪੀ ਦਾ ਸਮੇਂ ਦੀ ਕੋਈ ਗੱਲ ਨਹੀਂ ਹੈ ਕੋਈ ਪੀਕ ਸਮੇਂ ਦੀ ਗੱਲ ਨਹੀਂ ਹੈ ਫਿਰ ਹੁਣ ਅਗਲੀ 31 ਮਾਰਚ ਨੂੰ ਪਤਾ ਲੱਗੇਗਾ ਕਿ ਤੁਹਾਡੀ 65% ਪੂਰੀ ਹੁੰਦੀ ਹੈ ਜੇ 65% ਉਹ ਪੂਰੀ 65 ਤੋਂ ਵੀ ਘੱਟ ਦਿੰਦਾ ਤਾਂ ਤੁਸੀਂ ਟਰਮੀਨੇਟ ਕਰ ਸਕਦੇ ਹੋ ਫਿਰ ਉਸ ਟੇਲ ਲੈ ਲੈਣਗੇ ਜਾ ਕੇ ਇਹ ਹੋਣੀ ਹੋਣੀ ਦੂਜੀ ਗੱਲ ਇਹਦੇ ਨਾਲ ਹੋਰ ਵੀ ਜੁੜੀ ਹੋਈ ਹੈ ਉਹ ਤਾਂ ਲੈਂਦੇ ਹੀ ਨੇ ਇੱਕੋ ਇੱਕ ਤਰੀਕਾ ਹੁਣ ਜੇਕਰ ਕਰਨਾ ਹੋਵੇ ਉਹਦਾ ਹੈ ਉਹ ਜਿਹੜਾ ਐਗਰੀਮੈਂਟ ਹੈ ਪੀਪੀਏ ਦਾ ਉਹ 14 2 ਜਿਹੜਾ ਉਹਦੀ ਕਲਾਜ਼ ਹੈ 14 2 ਕਲਾਜ਼ ਦੇ ਵਿੱਚ ਇੱਕੋ ਹੀ ਗੱਲ ਹੈ ਕਿ ਇਹ ਡਿਫਾਲਟ ਕਰ ਜਾਣਾ ਮਤਲਬ ਇਹ ਹੈ ਕਿ ਪਾਵਰ ਕਾਮ ਨੂੰ ਪੈਸੇ ਨਾ ਦੇਵੇ ਉਹਨੇ ਠੀਕ ਹੈ ਫਿਰ ਉਹ ਹਫਤੇ ਬਾਅਦ ਇੱਕ ਨੋਟਿਸ ਦਿੰਦੇ ਆ ਉਹਦੇ ਚ ਲਿਖਿਆ ਹੋਇਆ ਕਿ ਜਿਹੜੀ ਕੰਪਨੀ ਹੈ ਜਿਹੜਾ ਬਿਜਲੀ ਦੇਣ ਵਾਲੀ ਹੈ ਉਹ ਖਰੀਦਦਾਰ ਨੂੰ ਇੱਕ ਉਹ ਦਊਗੀ ਨੋਟਿਸ ਨੋਟਿਸ ਹੋਊਗਾ ਤੇ ਨੋਟਿਸ ਤੋਂ ਬਾਅਦ ਫਿਰ ਉਹ ਤਿੰਨ ਮਹੀਨਿਆਂ ਦੇ ਵਿੱਚ ਸਾਲ ਸੁਣਗੇ ਕਿ ਆਪਸੀ ਗੱਲਬਾਤ ਚੱਲੂਗੀ ਤਿੰਨ ਜੇ ਤਿੰਨ ਮਹੀਨਿਆਂ ਚ ਵੀ ਹੱਲ ਨਹੀਂ ਹੁੰਦਾ ਤਾਂ ਇਹ ਜਿਹੜੀ ਠੇਰਾ ਜਿਹੜੀ ਪਾਵਰ ਕਾਮ ਹੈ ਉਹਨੂੰ ਹਰਜਾਨਾ ਦੇਣਾ ਪਊਗਾ ਉਹ ਹਰਜਾਨਾ ਤਿੰਨ ਸਾਲਾਂ ਤੱਕ ਦੇਣਾ ਪਊਗਾ 3 ਸਾਲਾਂ ਦਾ ਹਰਜਾਨਾ 10000 ਕਰੋੜ ਰੁਪਈਆ ਪੜਦਾ ਹੈ 10000 ਕਰੋੜ ਰੁਪਈਆ ਇਹ ਪੇ ਕਰੇ ਆਪਣੇ ਆਪ ਨੂੰ ਡਿਫਾਲਟ ਡਿਕਲੇਅਰ ਡਿਫਾਲਟਡ ਡਿਕਲੇਅਰ ਕਰੇ ਤੇ ਇਹਦੂ ਬਿਨਾ ਕੋਈ ਨਹੀਂ ਪਿੱਛੇ ਹਟਦਾ ਉਹਦੇ ਪਿੱਛੇ ਚਾਰਜ ਇਹ ਹੈ ਫਿਰ ਕਿ ਜਿਹੜੀ ਪਾਵਰ ਕਾਮ ਹੈ ਜਦੋਂ ਡਿਫਾਲਟਰ ਬੰਨੀ ਜਾਊਗੀ ਪਾਵਰ ਦੇ ਵਿੱਚ ਬਾਕੀ ਦੀਆਂ ਵਿੱਚ ਤਾਂ ਹੋਰ ਸਮਝੌਤੇ ਆ ਤੇ ਕਿੰਨਾ ਅਸਰ ਪਏਗਾ ਜਾਂ ਬਾਕੀ ਦੇ ਲੋਕ ਬਿਜਲੀ ਖਰੀਦ ਤੇ ਫਿਰ ਉਹ ਤੇ ਕੀ ਅਸਰ ਪਏਗਾ ਉਹ ਅਲੱਗ ਕੁਐਸਚਨ ਹੈ ਇੱਕੋ ਇੱਕ ਟੈਕਨੀਕਲ ਨੁਕਤਾ ਜੇ ਇਹਨਾਂ ਨੇ ਤੋੜਨਾ ਹੈ ਤਾਂ ਪਾਵਰ ਕਾਮ ਨੂੰ ਡਿਫਾਲਟਰ ਬਣਨਾ ਪਊਗਾ ਇਹ ਤੁਸੀਂ ਬਹੁਤ ਵੱਡਾ ਪੁਆਇੰਟ ਚੁੱਕਿਆ 10000 ਕਰੋੜ ਰੁਪਇਆ ਪਹਿਲਾਂ ਜਦੋਂ ਪਹਿਲਾਂ ਫਿਕਸ ਚਾਰਜਸ ਅਸੀਂ ਪੇ ਕਰਦੇ ਵੇ ਸਾਰਾ ਇਹ ਖਪਤਕਾਰ ਨੂੰ ਦੇਣਾ ਪੈਣਾ ਨਾ ਖਪਤਕਾਰ ਨੂੰ ਦੇਣਾ ਪੈਣਾ ਪਰ ਕਈ ਲੋਕ ਇਹ ਕਹਿੰਦੇ ਨੇ ਕੁਝ ਮਾਰ ਕਿ ਜੇ 10000 ਕਰੋੜ ਦੇ ਕੇ ਵੀ ਖਹਿੜਾ ਛਡਾ ਲਵਾਂ ਇਹਨੇ ਤੁਹਾਡਾ ਬਿਲਕੁਲ ਉਦੋਂ ਵੀ ਮੰਝੇ ਜਾਣਾ ਇਹ ਲਾਗੂ ਰਹਿੰਦੇ ਨਹੀਂ ਇੱਕ ਇੱਕ ਹੋਰ ਰਾਹ ਵੀ ਦੱਸਿਆ ਜਾ ਰਿਹਾ ਜਿਵੇਂ ਤੁਸੀਂ ਕੈਬਨਟ ਦੀ ਜ਼ਿਕਰ ਕੀਤਾ ਕੀ ਵਿਧਾਨ ਸਭਾ ਦੇ ਵਿੱਚ 2/3 ਬਹੁਮਤ ਬਹੁਮਤ ਨਾਲ ਇਹ ਸਭ ਕੁਝ ਕੀਤਾ ਨਹੀਂ ਕੋਈ ਪ੍ਰੋਵੀਜ਼ਨ ਨਹੀਂ ਹੈ ਕੋਈ ਪ੍ਰੋਵੀਜ਼ਨ ਨਹੀਂ ਹੈ ਕੋਈ ਪ੍ਰੋਵੀਜ਼ਨ ਨਹੀਂ ਹੈ ਇਹ ਠੀਕ ਹੈ ਕਿ ਉਹਨੂੰ ਲੈਜਿਟਿਮੈਸੀ ਮਿਲ ਜਾਂਦੀ ਹੈ ਵੀ ਸਾਡੇ ਸਟੇਟ ਦੇ ਇੰਟਰਸਟ ਦੇ ਵਿੱਚ ਨਹੀਂ ਹੈ ਤੇ 2/3 ਜਾਂ 1/3 ਦਾ ਕੋਈ ਮਤਲਬ ਨਹੀਂ ਸਿ ਪੋਲਿਟੀਕਲ ਪਾਰਟੀਆਂ ਤੇ ਇਸ ਤਰ੍ਹਾਂ ਦੀਆਂ ਸਟੇਟਮੈਂਟ ਦੇਈ ਜਾਂਦੀਆਂ ਸਟੇਟਮੈਂਟਾਂ ਦੇਈ ਜਾਣ ਉਹ ਅਲੱਗ ਸਵਾਲ ਹੈ ਉਹ ਸੰਵਧਾਨ ਕਿੰਨਾ ਨਹੀਂ ਹੈ ਤੁਸੀਂ ਵਿਧਾਨ ਸਭਾ ਚ ਲਿਆ ਕੇ ਉਹਨੂੰ ਉਹ ਤੁਹਾਡਾ ਐਕਟ ਨਹੀਂ ਹੈ ਤੁਹਾਡਾ ਐਗਰੀਮੈਂਟ ਨਹੀਂ ਹੈ ਤੁਹਾਡੇ ਹਾਂ ਕੈਬਨਟ ਉਹਦੇ ਵਿੱਚ ਸ਼ਾਮਲ ਹੋਏਗੀ ਤੇ ਕੈਬਨਟ ਲੈਵਲ ਤੇ ਰਿਵਿਊ ਕੀਤਾ ਜਾਏ ਤੇ ਉਹਦੇ ਚ ਇਹ ਕਿਹਾ ਜਾਏ ਕੈਬਨਟ ਕਹੇ ਕਿ ਸਾਡੇ ਤੋਂ ਆ ਗਲਤੀਆਂ ਹੋਈਆਂ ਨੇ ਹੁਣ ਫਿਰ ਕੀ ਹੋਏਗਾ ਆਕੇ ਹੁਣ ਕੀ ਹੋ ਰਿਹਾ ਤੁਸੀਂ ਕੋਈ ਟੈਕਨੀਕਲੀ ਨਾ ਬਾਈਟ ਪੇਪਰ ਲਿਆਂਦਾ ਨਾ ਕਿਸੇ ਦੀ ਜ਼ਿੰਮੇਵਾਰੀ ਤੈਅ ਕੀਤੀ ਐਤੂ ਬਾਅਦ ਹੁਣ ਰੌਲਾ ਪਾ ਰਹੇ ਹੋ ਇਹਦੀ ਹੋਣੀ ਮੈਨੂੰ ਇਹ ਲੱਗਦਾ ਹੈ ਕਿ ਉਹ ਬੇਅਦਵੀ ਖਾਂਡ ਵਰਗੀ ਹੋਏਗੀ ਬੇਅਦਵੀ ਖਾਂਡ ਚ ਜਿਵੇਂ ਉਹ ਜਿਹੜੀ ਐਸ ਆਈਟੀ ਹੈ ਉਦੇ ਬਾਕੀ ਮੈਂਬਰ ਦਸਕਤੇ ਨਹੀਂ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਇੱਕ ਮੈਂਬਰ ਤੋਂ ਕਰਕੇ ਤੁਸੀਂ ਧਿਆਨ ਦਾ ਹੀ ਤਾਂ ਸਭ ਨੂੰ ਪਤਾ ਵੀ ਕਿਵੇਂ ਹੋਏਗਾ ਉਹ ਹਾਈ ਕੋਰਟ ਚ ਚਲਾ ਕੇ ਹਾਈ ਕੋਰਟ ਨੇ ਜਾ ਕੇ ਜਾਂਚ ਦਫੰਤ ਕਰਤੀ ਉਸਨੇ ਬੰਤੇ ਹੈ ਨਾ ਤੇ ਇਹਦੇ ਚ ਵੀ ਐਵੇਂ ਹੋਣਾ ਕੰਪਨੀ ਨੂੰ ਤੁਸੀਂ ਰਾਹ ਦੇ ਰਹੇ ਹੋ ਸਾਰਾ ਕੁਝ ਕਰਕੇ ਵੀ ਉਹ ਜਾ ਕੇ ਚਲੀ ਉਹ ਕਹੋ ਜੀ politcal ਪ੍ਰੈਸ਼ਰ ਹੈ ਨਾ ਤੇ ਤਾਂ ਦੇਖੋ ਇਸ ਤੋਂ ਪਹਿਲਾਂ ਨਹੀਂ ਕਦੇ ਕਿਸੇ ਨੇ ਗੱਲ ਕੀਤੀ ਇਹਨਾਂ ਨੇ ਕੋਈ ਜਾਂਚ ਕਰਾਈ ਹੋਵੇ ਉਹ ਦੱਸੋ ਇਹਨਾਂ ਕੋਲ ਟੈਕਨੀਕਲ ਕੋਈ ਗੱਲ ਹੈ ਉਹ ਦੱਸੋ ਉਹ ਇਹਨਾਂ ਕੋਲ ਹੈ ਨਹੀਂ ਤੇ ਇਸ ਤੋਂ ਬਾਅਦ ਦੇਖੋ ਨਵਜੋਤ ਸਿੱਧੂ ਪ੍ਰਧਾਨ ਬਣਿਆ ਉਹਨਾਂ ਨੇ ਵੀ ਆਪਣੇ Chief Minister ਤੇ ਦਬਾਅ ਪਾਇਆ Chief Minister ਵੀ ਦਬਾਅ ਪਾ ਰਹੇ ਅਗਲੀ ਇਲੈਕਸ਼ਨ ਹੈ ਇਲੈਕਸ਼ਨ ਚੋ ਕਹਿ ਰਹੇ ਨੇ ਕਾਂਗਰਸੀ ਬੋਲ-ਬੋਲ ਕਹਿ ਰਹੇ ਨੇ ਕਿ ਅਸੀਂ ਲੋਕਾਂ ਚ ਕਿਵੇਂ ਜਾਵਾਂਗੇ ਜੇ ਇਹ ਨਹੀਂ ਕਰਦੇ ਉਹ ਕਹਣਗੇ politcal stunt ਹੈ ਜੀ ਅਗਲੇ ਦਿਨ ਸਟੇ ਤੇ ਕਾਂਗਰਸ ਕਹੋਗੇ ਦੇਖੋ ਜੀ ਅਸੀਂ ਤਾਂ ਕਰਨ ਲੱਗੇ ਸੀ ਸਟੇ ਹੋ ਗਈ ਹੁਣ ਅਸੀਂ ਕੀ ਕਰੀਏ ਫਿਰ 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 ਕਾਨੂੰਨੀ ਨੁਕਤੇ ਦੀ ਫਿਰ ਉਹੀ ਕਾਨੂੰਨੀ ਨੁਕਤੇ ਦੀ ਗੱਲ ਆ ਜੂ ਵੀ ਚਲੋ ਹੁਣ ਦੁਬਾਰਾ ਜਾਂਚ ਕਰ ਲੈਨੇ ਆ ਪਹਿਲਾ ਜਿਹੜਾ ਬਣਿਆ ਹੋਇਆ ਵਾਈਟ ਪੇਪਰ ਆ ਉਹ ਬਾਹਰ ਕਿਉਂ ਨਹੀਂ ਆ ਰਿਹਾ ਪਾਵਰ ਦੇ ਵਿੱਚ ਇਸ ਲਈ ਨਹੀਂ ਆ ਰਿਹਾ ਕਿ ਉਹੀ ਤੁਹਾਡੇ ਪਾਵਰ ਸੈਕਟਰੀ ਉਹੀ ਤੁਹਾਡੇ ਬਾਕੀ ਦੇ ਲੋਕ ਉਹੀ ਚੀਜ਼ਾਂ ਜਿਹੜੇ ਉਦੋਂ ਉਹੀ ਤੁਹਾਡਾ ਫਾਈਨੈਂਸ ਮੰਤਰੀ ਜਿਹੜੇ ਉਦੋਂ ਪੀਪੀਏ ਕਰਨ ਵੇਲੇ ਸੀ ਤੁਸੀਂ ਇਦੋਂ ਬਾਅਦ ਇੱਕ ਹੋਰ ਟੈਕਨੀਕਲ ਗੱਲ ਦੇਖੋ ਅਮਰਿੰਦਰ ਸਰਕਾਰ ਨੇ ਕਿਹਾ ਕਿ ਅਕਾਲੀਆਂ ਦੇ ਰਾਜ ਚ ਬਿਜਲੀ ਦਾ ਆਡਿਟ ਕਰਾਵਾਂਗੇ ਹੂੰ ਜਿਵੇਂ ਕੇਜਰੀਵਾਲ ਕਹਿੰਦਾ ਸੀ ਨਾ ਮੈਂ ਆਡਿਟ ਕਰਾਉਂਗਾ ਕੰਪਨੀਆਂ ਦਾ ਤਾਂ ਇਹਨਾਂ ਨੇ ਆਡਿਟ ਕਰਾਇਆ ਆਡਿਟ ਕਾਹਦਾ ਕਰਾਇਆ 2012-13 ਤੋਂ 2016-17 ਦੇ 5 ਸਾਲ ਦਾ ਉਹਦੇ ਚ ਤਾਂ ਸਮਝੌਤੇ ਹੋਏ ਹੀ ਨਹੀਂ ਪਹਿਲੇ 5 ਸਾਲ ਛੱਡ ਤੇ 2007-08 ਤੋਂ ਲੈ ਕੇ 2012-13 ਦਾ ਟਾਈਮ ਛੱਡ ਤਾਂ ਇਹਦੇ ਵਿੱਚ ਮੈਂ ਨਾਮ ਲਮਾਂ ਉਹਨਾਂ ਨਾਮਾਂ ਦਾ ਜਵਾਬ ਦੇ ਸਕਦੇ ਮੈਨੂੰ ਸਰੇਸ਼ ਕੁਮਾਰ ਹਰਾਂ ਦਾ ਕੀ ਰੋਲ ਹੈ ਮਨਪੀਤ ਸਿੰਘ ਬਾਦਲ ਦਾ ਕੀ ਰੋਲ ਹੈ ਤੇ ਉਹਦੇ ਚੀਫ ਮਿਨਿਸਟਰ ਦਾ ਕੀ ਰੋਲ ਹੈ ਤੇ ਹੁਣ ਵਾਲੇ ਚੀਫ ਮਿਨਿਸਟਰ ਦਾ ਕੀ ਰੋਲ ਹੈ ਸਭ ਦਾ ਹੀ ਰੋਲ ਹੈ ਹੋਣ ਵਾਲੇ ਚ ਇਹ ਮਿਨਿਸਟਰ ਦਾ ਪਤਾ ਨਹੀਂ ਉਹਦੇ ਚ ਕੀ ਰੋਲ ਹੋਏਗਾ ਕਿਉਂਕਿ ਉਹਨਾਂ ਕੋਲੇ ਪਾਵਰ ਮਿਨਿਸਟਰੀ ਵੀ ਹੁਣ ਵੀ ਹੈਗੀ ਹੈ ਹੁਣ ਹੈਗੀ ਹੈ ਹੁਣ ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ ਇਹਨੂੰ ਤੋੜਨ ਦੇ ਲਈ ਜਿਹੜੇ ਸਾਰੇ ਅਫਸਰ ਨੇ ਜਿਹੜੇ ਈਵਨ ਹੁਣ ਵੀ ਪਾਵਰ ਸੈਕਟਰੀ ਵੀ ਹੈ ਸੁਰੇਸ਼ ਕੁਮਾਰ ਜਿਹੜੀ ਉਹਦੋਂ ਪਾਵਰ ਸੈਕਟਰੀ ਸੀ ਅੱਜ ਪਾਵਰ ਸੈਕਟਰੀ ਹੋਰ ਹੈ ਤੇ ਉਹ ਉਹੀ ਪਾਵਰ ਸੈਕਟਰੀ ਆ ਲਗਭਗ ਜਿਹੜਾ ਉਦੋਂ ਸੀ ਉਸ ਦਾ ਸੀਐਮਡੀ ਜਾਂ ਬਾਕੀ ਦਾ ਚਾਰਜ ਦਿੱਤਾ ਹੋਇਆ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਾਫੀ ਜ਼ਿਆਦਾ ਗਿਣਤੀ ਚ ਕਿਉਂਕਿ ਕੋਈ ਨਹੀਂ ਸੋਚੇਗਾ ਇਹ ਜਿਹੜੇ ਬੰਦੇ ਹੈਲਮ ਆਫ ਦੀ ਅਫੇਅਰ ਹੁੰਦੇ ਨੇ ਉਦੋਂ ਹੁੰਦੇ ਨੇ ਕਿ ਉਹਨਾਂ ਤੇ ਹੀ ਕੋਈ ਨਾ ਕੋਈ ਗਾਂਜ ਕਰੇ ਕਿਸ ਨਾ ਕਿਸੇ ਰੂਪ ਚ ਇਸ ਕਰਕੇ ਇਹਦੇ ਚ ਜੇ ਕਰਨਾ ਹੁੰਦਾ ਤਾਂ ਇੱਕ ਬਹੁਤ ਬੜੇ ਪੋਲੀਟੀਕਲ ਵਿਲ ਦੀ ਲੋੜ ਹੁੰਦੀ ਹੈ ਬਹੁਤ ਪੋਲੀਟੀਕਲ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ ਜਿਹੜੀ ਇੱਛਾ ਸ਼ਕਤੀ ਦੇ ਨਾਲ ਉਹਨੂੰ ਦੇਖਿਆ ਜਾਣਾ ਚਾਹੀਦਾ ਹੁੰਦਾ ਜੇ ਪਬਲਿਕ ਇੰਟਰਸਟ ਤੁਹਾਡਾ ਮੇਨ ਇੰਟਰਸਟ ਹੋਵੇ ਪੋਲੀਟੀਸ਼ਨ ਦਾ ਫੇਰ ਜਾ ਕੇ ਉਹ ਫੈਸਲਾ ਆਪਣੇ ਬਗਾਨਿਆਂ ਦੀ ਪੱਟੀ ਲਾ ਕੇ ਲੋਕਾਂ ਦਾ ਹਿੱਤ ਫੇਰ ਪੂਰਿਆ ਜਾ ਸਕਦਾ ਜੇ ਆਪਣੇ ਬਗਾਨੇ ਦੀ ਪੱਟੀ ਜੇ ਦਿਮਾਗ ਦੇ ਅੱਖਾਂ ਤੇ ਬੰਨੀ ਹੋਵੇ ਫੇਰ ਸ਼ਾਇਦ ਨਹੀਂ ਦੇਖਿਆ ਜਾ ਸਕਦਾ ਚਲੋ ਬਹੁਤ ਖਰੀਆਂ ਗੱਲਾਂ ਕਰਦੇ ਪਏ ਹਮੀਰ ਸਿੰਘ ਜੀ ਮੇਰਾ ਦਿਲ ਨਹੀਂ ਕਰਦਾ ਇਹਨਾਂ ਨੂੰ ਮੈਂ ਰੋਕਾਂ ਵਿੱਚ ਤੇ ਟੋਕਾਂ ਪਰ ਬ੍ਰੇਕ ਲੈਣੀ ਪੈ ਰਹੀ ਹੈ ਇੱਕ ਬ੍ਰੇਕ ਤੋਂ ਬਾਅਦ ਫੇਰ ਮਿਲਦੇ ਹਾਂ ਅਖੀਲ ਹਿੱਸੇ ਵਿੱਚ ਹੋਵਾਂਗੇ ਸਵਾਲ ਬਹੁਤ ਸਾਰੇ ਆ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਸੰਕਟਾਂ ਚੁੱਕੀ ਮੈਂ ਨਿਕਲੇਗਾ ਪੰਜਾਬ ਹਮੀਰ ਸਿੰਘ ਜੀ ਅਸੀਂ ਆਖਰੀ ਹਿੱਸੇ ਵਿੱਚ ਹਮੀਰ ਸਿੰਘ ਜੀ ਤੁਸੀਂ ਹਮੇਸ਼ਾ ਜਿੱਥੇ-ਿੱਥੇ ਮੈਂ ਤੁਹਾਨੂੰ ਸੁਣਦਾ ਉਹ ਤੁਸੀਂ ਪ੍ਰਵਾਸ ਕਰਦੀ ਜਵਾਨੀ ਦਾ ਜ਼ਿਕਰ ਕਰਦੇ ਹੋ ਕਿ ਸਟੂਡੈਂਟ ਵੀਜ਼ਾ ਲੈ ਕੇ ਜਿਹੜੇ ਸਾਡਾ ਵਿਦਿਆਰਥੀ ਹੈ ਬ੍ਰੇਨ ਡ੍ਰੇਨ ਸਾਰਾ ਕੁਝ ਬਾਹਰ ਜਾ ਰਿਹਾ ਅਰਥਚਾਰਾ ਵੀ ਸਾਡਾ ਬਾਹਰ ਜਾ ਰਿਹਾ ਅਰਥਚਾਰੇ ਵਾਲੇ ਸਵਾਲ ਤੇ ਆ ਰਿਹਾ ਤੇ ਨਾਲ ਜਿਹੜੀ ਬੇਰੋਜ਼ਗਾਰੀ ਵਾਧੀ ਪਈ ਉਹ ਸਾਰੇ ਸਵਾਲ ਮੇਰੇ ਜੁੜੇ ਹੋਏ ਆ ਜੇ ਤੁਸੀਂ ਇਹਨਾਂ ਨੂੰ ਲੱਗ ਕਰਕੇ ਦੇਖਣਾ ਚਾਹੁੰਦੇ ਤਾਂ ਲੱਗ ਕਰ ਲਓ हां बिल्कुल देखो बुनियातों ही है कई गल्ला करके बाहर जान लगे बच्चे जेडे खास तौर ते खाड़कुबाद तो बाद पहले त एक डर हो गया सी जदों ਝੂਠੇ ਪੁਲਿਸ ਮੁਕਾਬਲੇ ਲੈਂਡ ਆਰਡਰ ਕੋਈ ਹੈ ਨਹੀਂ ਉਹ ਡਰ ਦੇ ਮਾਰੇ ਵੀ ਲੋਕਾਂ ਨੇ ਬੱਚੇ ਬਾਹਰ ਭੇਡੇ ਫਿਰ ਚਿੱਟੇ ਦਾ ਦੌਰ ਚੱਲ ਪਿਆ ਲੋਕਾਂ ਨੇ ਇਥੇ ਨਸ਼ਈ ਨਾ ਹੋ ਜੇ ਉਹਦੇ ਮਾਰੇ ਵੀ ਭੇਜੇ ਪਰ ਵੱਡਾ ਕਾਰਨ ਇਹ ਨਾ ਸਾਰਿਆਂ ਦੇ ਵਿੱਚ ਇੱਕ ਹੋਰ ਬੇਰਜਗਾਰੀ ਦਾ ਆਪਣੇ ਫਿਊਚਰ ਦੀ ਜ਼ਿੰਦਗੀ ਦਾ ਰੋਜ਼ਗਾਰ ਦਾ ਉਸ ਪੱਧਰ ਦੇ ਉੱਤੇ ਹੁਣ ਤੁਸੀਂ ਦੇਖੋ ਰੋਜ਼ਗਾਰ ਕਿੱਥੇ ਹੈ ਲਗਭਗ 3.5 ਤੋਂ 4 ਲੱਖ ਗਵਰਨਮੈਂਟ ਅਪਰਾਈ ਹੈ ਆਪਣੇ ਕੋਲ ਜਿਹੜਾ ਉਸ ਲੈਵਲ ਤੇ ਹੈ ਤੇ ਉਸ ਤੋਂ ਬਾਅਦ ਬਾਕੀ ਜਿਹੜੇ ਪ੍ਰਾਈਵੇਟ ਸੈਕਟਰ ਦੇ ਜੋਬ ਹੈ ਔਰ ਲੋਕ ਐਮਏ ਪੀਐਚਡੀ ਬਾਕੀ ਲੋਕ ਪੜੇ ਲਿਖੇ ਲੋਕਾਂ ਨੂੰ 5-10 10000 ਤੇ ਰੱਖਿਆ ਜਾ ਰਿਹਾ ਜਦ ਮਰਜੀ ਕੱਢ ਦੋ ਜਦ ਮਰਜੀ ਰੱਖ ਲਓ ਸਕੂਲਾਂ ਚ ਤੇ ਕਾਲਜਾਂ ਦੇ ਵਿੱਚ ਵੀ ਇਹੀ ਹਾਲ ਹੈ ਕਾਲਜਾਂ ਦੇ ਵਿੱਚ ਪੜਾ ਰਹੇ ਬੰਦਿਆਂ ਨੂੰ 1996 ਤੋਂ ਬਾਅਦ ਭਰਤੀ ਨਹੀਂ ਹੋਈ ਤੇ ਕਾਲਜਾਂ ਚ ਪੜਾ ਰਹੇ ਬੰਦਿਆਂ ਨੂੰ ਪਹਿਲਾਂ 10000 ਰੁਪਏ ਦਿੱਤਾ ਜਾਂਦਾ ਸੀ ਹੁਣ 21600 ਦਿੱਤਾ ਜਾਂਦਾ ਹੈ ਗੈਸਟ ਫੈਕਲਟੀ ਪੀਟੀਆਫ ਫੰਡ ਚ ਹਾਂਜੀ ਔਰ ਉਹਦੇ ਚ 11600 ਪੀਟੀਆਫ ਚ ਦਿੱਤਾ ਜਾਂਦਾ ਗਵਰਨਮੈਂਟ ਕੇਵਲ 10000 ਦਿੰਦੀ ਹੈ ਉਹਦੇ ਤੋਂ ਵੀ ਉਹ 10000 ਦੇਣ ਦੀ بجائے ਹੁਣ ਗਵਰਨਮੈਂਟ ਨੇ ਕਹਿ ਲਤਾ ਵੀ ਆਪਾਂ ਗੈਸਟ ਫੈਕਲਟੀ ਪੇ ਨਹੀਂ ਰੱਖਦੇ ਰਿਸੋਰਸ ਪਰਸਨ ਰੱਖਣ ਲੱਗੀ ਹਾਂ ਕੇਵਲ ਉਹੀ ਪੀਟੀਆ ਪੀਟੀਆਫ ਫੰਡ ਤੇ ਆਪਦੇ ਵੱਲੋਂ ਬਿਲਕੁਲ ਨਹੀਂ ਕੋਈ ਕੁਝ ਨਹੀਂ ਦੇਣਾ ਔਰ ਇਹੀ ਪਾਵਰ ਕਾਮ ਤੇ ਬੋਰਡ ਜੀ ਦਾ ਕਹਿੰਦੇ 98000 EMPLOYEES ਸੀ ਤੇ ਘਟ ਕੇ ਸਾਰਾ 24 2 ਤੇ ਰਜਗਾਰ ਤੱਕ ਘਟਦਾ ਜਾ ਰਿਹਾ ਲਗਾਤਾਰ ਜਿਹੜਾ ਅਨਾਰਗੇਨਾਈਜ਼ ਖੇਤਰ ਦਾ ਰਜਗਾਰ ਹੈ ਉਹ ਕਿਤੇ ਮਿਲ ਨਹੀਂ ਰਿਹਾ ਉਹ ਸਾਰੇ ਦੇਸ਼ 'ਚ ਵੀ ਸਾਡੇ ਵੀ ਸਵਾਲ ਹੈ ਇਹ ਇਸੇ ਕਰਕੇ ਮੰਨ ਰੇਗਾ ਵਰਗੀ 15 ਸਾਲ ਪਹਿਲਾਂ ਇੱਕ ਸਕੀਮ ਬੜਾਈ ਵੀ ਲੋਕਾਂ ਕੋਲ ਦਿਹਾੜੀ ਵੀ ਨਹੀਂ ਹੈ ਦਿਹਾੜੀ ਦੇਣ ਲਈ ਘੱਟੋ ਘੱਟ 100 ਦਿਨ ਦੇ ਕੰਮ ਦੀ ਗਾਰੰਟੀ ਇੱਕ ਦੇ ਦੋ ਇਸ ਪੱਧਰ ਦੇ ਉੱਤੇ ਹੁਣ ਇਹੋ ਜੇ ਮਾਹੌਲ ਦੇ ਵਿੱਚ ਤਾਂ ਬੱਚੇ ਕੀ ਕਰਨ ਅੱਗੇ ਤਾਂ ਕਹਿੰਦੇ ਸੀ ਮੈਨੂੰ ਇੱਕ ਗੱਲ ਚੰਗੀ ਲੱਗੀ ਵੈਸੇ ਹੁਣ ਤੱਕ ਲੋਕ ਜਿਹਨਾਂ ਦੇ ਬੱਚੇ ਬਾਹਰ ਜਾਂਦੇ ਸੀ ਉਹ ਅਖੰਡ ਪਾਠ ਕਰਾਉਂਦੇ ਨੇ ਰਿਸ਼ਤੇਦਾਰ ਸਾਥਦੇ ਨੇ ਉਹਨਾਂ ਦਾ ਮਾਨ ਸਨਮਾਨ ਉੱਚਾ ਹੁੰਦਾ ਹੈ ਮੇਕਪ ਫਰੀਦਕੋਟ ਜ਼ਿਲ੍ਹੇ ਦੇ ਮੇਰੇ ਦੋਸਤ ਦਾ ਪੜਿਆ ਉਹਦਾ ਬੇਟਾ ਗਿਆ ਹੁਣ ਉਹਦਾ ਹੇਠਾਂ ਪੜਿਆ ਹੋਇਆ ਮਤਲਬ ਫੇਸਬੁੱਕ ਤੇ ਉਹ ਲਿਖਿਆ ਕਹਿੰਦਾ ਦਿਲ ਤੇ ਪੱਥਰ ਧਰ ਕੇ ਭੇਜ ਰਿਆਂ ਬੱਚੇ ਨੂੰ ਭੇਜਣ ਨੂੰ ਜੀ ਨਹੀਂ ਕਰਦਾ ਪਰ ਇੱਥੇ ਹਾਈ ਕੁਝ ਨਹੀਂ ਤੁਸੀਂ ਦੱਸੋ ਕੀ ਕੀਤਾ ਜਾਏ ਇਹ ਜਿਹੜਾ ਮੋਡ ਹੈ ਮਾਈਂਡ ਸੈਟ ਚ ਇਹ ਤਕਲੀਫ ਹੈ ਇਹ ਤਕਲੀਫ ਜਦੋਂ ਆਏਗੀ ਤੇ ਉਦੋਂ ਅਹਿਸਾਸ ਹੋਏਗਾ ਪੰਜਾਬ ਉਜੜ ਰਿਹਾ ਹੈ ਸ਼ਾਇਦ ਕੁਝ ਲੋਕਾਂ ਨੂੰ ਇਹ ਹੋਣ ਲੱਗੀ ਹੈ ਬਹੁਤਿਆਂ ਨੂੰ ਪਹਿਲਾਂ ਐਨਐਸਈ ਵੀ ਚਲੋ ਕਰੂਗਾ ਕਾਨੂੰਨ ਨੂੰ ਸਾਨੂੰ ਸੋਖ ਸਮਝਿਆ ਜਾ ਰਿਹਾ ਸੀ ਹਾਂ ਇਹ ਨੂੰ ਸਾਨੂੰ ਸੋਖ ਸਮਝਿਆ ਜਾ ਰਿਹਾ ਸੀ ਪਰ ਹੁਣ ਉਧਰ ਨੂੰ ਜਾ ਰਿਹਾ ਤੇ ਅਗਲੀ ਗੱਲ ਇਹ ਹੈ ਕਿ ਇੱਕ ਸਮਾਜਿਕ ਜਿਹੜਾ ਇਹਦੇ ਨਾਲ ਬਹੁਤ ਵੱਡਾ ਗੜਬੜ ਸਾਡੇ ਖੜੀ ਹੋ ਰਹੀ ਹੈ ਪਿਛਲੇ ਦਿਨਾਂ ਤੋਂ ਆਪਾਂ ਇੱਕ ਕਹਾਣੀ ਸੁਣ ਰਹੇ ਹਾਂ ਉਹ ਮੁੰਡੇ ਲੱਪਰੀਤ ਤੇ ਬਿਆੰਤ ਕੌਰ ਦੀ ਜੀ ਉਹ ਜੋ ਐਮੀ ਕੁੜੀ ਦੇ ਨਾਲ ਖਿਲਾਫ ਉਹ ਹੁਣ ਦੰਗ ਬਚਾ ਦੋ ਜੋ ਮਰਜੀ ਜਿਹੜਾ ਮਰਜੀ ਪਰ ਤੁਸੀਂ ਦੇਖੋ ਕਿ ਇਹਦੇ ਨਾਲ ਕੀ ਵਾਪਰ ਰਿਹਾ ਸਮਾਜਿਕ ਤੌਰ ਤੇ ਕੁੜੀ ਹਾਈਲਾਈਟਸ ਕਰਦੀ ਹੈ ਮੁੰਡੇ ਆਲੇ ਪੈਸੇ ਲਾਉਂਦੇ ਨੇ ਠੀਕ ਹੈ ਇਹ ਪੈਸੇ ਦੀ ਇੱਕ ਐਗਰੀਮੈਂਟ ਹੈ ਇਹ ਕੋਈ ਸਾਦੀ ਨਹੀਂ ਹੈ ਇਹ ਦੋ ਦੋ ਪਰਿਵਾਰਾਂ ਦਾ ਕਿ ਕੁੜੀ ਲੈ ਜਾਊਗੀ ਤੇ ਉਹ ਜਾਊਗਾ ਜੇ ਨਹੀਂ ਲਿਜਾਂਦੀ ਤਾਂ ਪ੍ਰੋਬਲਮ ਹੋ ਜਾਏਗੀ ਜਾਂ ਹੋ ਸਕਦਾ ਉਹਦੇ ਕੋਲ ਲਿਜਾ ਸਕਦੀ ਉਹ ਨਾ ਹੋਵੇ ਉਹਦੇ ਕੋਲ ਇਹ ਜਿਹੇ ਮਾਹੌਲ ਨਾ ਬਣਿਆ ਹੋਵੇ ਕੋਵਿਡ ਹੋ ਗਿਆ ਕੀ ਹੋ ਗਿਆ ਕਿੰਨੀਆਂ ਸੰਕਟ ਨੇ ਇਹ ਵੀ ਆਪਾਂ ਨੂੰ ਪਤਾ ਬੱਚੇ ਉੱਥੇ ਕਿਵੇਂ ਰਹਿੰਦੇ ਨੇ ਪਰ ਸਵਾਲ ਇਹ ਹੈ ਇਹਦੇ ਨਾਲ ਸਾਡੀ ਸਮਾਜਿਕਤਾ ਤੇ ਐਦੋਂ ਪਹਿਲਾਂ ਵੀ ਅਸਰ ਪਿਆ ਸੀ ਜਦੋਂ ਪਹਿਲਾਂ ਪੱਕੇ ਹੋਏ ਉੱਥੇ ਬੰਦੇ ਸੀਗੇ ਉੱਥੇ ਵਿਆਹ ਪੱਕੇ ਹੋਣ ਲਈ ਵੱਡੀ ਉਮਰ ਦੀਆਂ ਗੋਰੀਆਂ ਨਾਲ ਵਿਆਹ ਕਰਾ ਲੈਂਦੇ ਸੀ ਇੱਕ ਵਿਆਹ ਇੱਥੇ ਕਰਨ ਆਉਂਦੇ ਸੀ 40 40 ਸਾਲ ਦੇ ਉੱਥੇ ਹੋ ਜਾਂਦੇ ਸੀ ਕਲਫਾ ਨਾਲ ਕੇ ਇੱਥੋਂ ਕੁੜੀਆਂ ਜੰਗ ਕੁੜੀਆਂ ਨੂੰ ਵਿਆਹ ਕੇ ਲੈ ਜਾਂਦੇ ਸੀ ਤਾਂ ਮੁੜ ਕੇ ਨਹੀਂ ਸੀ ਆਉਂਦੇ ਹਜ਼ਾਰਾਂ ਕੁੜੀਆਂ ਦੇ ਬੈਣ ਪੰਜਾਬ ਸੁੱਟਦਾ ਰਿਹਾ ਉਦੋਂ ਨਾਲ ਸਾਡਾ ਕਰਦਾਰ ਵੀ ਗਿਆ ਹੁਣ ਇਹਦੋਂ ਉਲਟ ਡਾਇਰੈਕਸ਼ਨ ਹੋ ਗਈ ਹੁਣ ਉਹ ਮੁੰਡਿਆਂ ਦੇ ਬਾਰੇ ਉਸੇ ਗੱਲ ਕਰਕੇ ਉੱਥੇ ਵਿਆਹ ਰਿਸ਼ਤੇ ਟੁੱਟ ਰਹੇ ਨੇ ਜਿਹੜੇ ਇਹਦੇ ਨਾਲ ਜਿਹੜਾ ਸਮਾਜਿਕ ਆਰਥਿਕ ਤੇ ਸਬ ਟਾਈਪ ਦਾ ਹੀ ਅਸਰ ਪੈ ਰਿਹਾ ਇਹਨੂੰ ਬਹੁਤ ਸੀਰੀਅਸਲੀ ਦੇਖਣ ਦਾ ਸਵਾਲ ਹੈ ਗਵਰਨਮੈਂਟਾਂ ਦਾ ਜਿਹੜਾ ਰੁਜ਼ਗਾਰ ਹੈ ਗਵਰਨਮੈਂਟਾਂ ਤਾਂ ਕੀ ਕਰ ਰਹੀਆਂ ਨੇ ਪਿੱਛੇ ਅਮਰਿੰਦਰ ਸਿੰਘ ਉਹਨਾਂ ਦਾ ਪਿਛਲੇ ਸਾਲ ਦਾ ਬਿਆਨ ਸੀ ਵੀ ਆਪਾਂ ਹਾਈਲਾਈਟਸ ਸਕੂਲਾਂ ਚ ਕਰਾਉਣੀ ਸ਼ੁਰੂ ਕਰ ਦਿੰਦੇ ਹਾਂ ਇਦੀ ਬਜਾਏ ਕਿ ਬੱਚੇ ਜਿਹੜਾ ਬਿਆਣਾ ਐ ਸੋ ਟਾਇਲਟਸ ਵਾਲਾ ਤੇ ਚਾਈਨੈਸ ਲੈਂਗੁਏਜ ਹਾਂ ਜਿਹੜੇ ਗਰੀਬ ਬੱਚੇ ਨਹੀਂ ਉਹ ਕਰ ਸਕਦੇ ਬਾਹਰ ਜਾਣਾ ਉੱਚ ਪੜ੍ਹਾਈ ਕਰਨਾ ਕੋਈ ਮਾੜੀ ਗੱਲ ਨਹੀਂ ਆ ਪਰ ਇਹ ਫੋਰਸਡ ਮਾਈਗ੍ਰੇਸ਼ਨ ਹੈ ਇਹ ਜ਼ਬਰੀ ਬੱਚਿਆਂ ਨੂੰ ਉਧਰ ਲਜਾਣ ਲਈ ਮਜਬੂਰ ਕਰ ਰਹੀ ਹੈ ਇਹਦੇ ਚ ਕਿਉਂਕਿ ਇੱਥੇ ਕੋਈ ਸਾਧਨ ਉਸ ਪੱਧਰ ਦੇ ਨਹੀਂ ਹੈ ਤੇ ਅਗਲੀ ਗੱਲ ਬੇਰੁਜ਼ਗਾਰੀ ਦਾ ਬਾਕੀ ਸਵਾਲ ਹੈ ਇੱਕ ਤਾਂ ਬੇਰੁਜ਼ਗਾਰੀ ਦਾ ਹੈ ਮੈਨੂੰ ਲੱਗਦਾ ਕਿ ਪ੍ਰਾਈਵੇਟ ਸੰਸਥਾਵਾਂ ਤੇ ਕੋਈ ਰੈਗੂਲੇਸ਼ਨ ਐਕਟ ਬਣਨਾ ਚਾਹੀਦਾ ਕਿ ਉਦੋਂ ਘੱਟੋ ਤਨਖਾਹ ਨਾ ਦੇ ਸਕਣ ਉਦੋਂ ਬਿਨਾ ਮਤਲਬ ਜਿਹਦੇ ਮਰਜ਼ੀ ਗੇਟ ਤੋਂ ਕਹਿਤਾ ਕੱਢ ਦਿੱਤਾ ਗਿਆ ਤੈਨੂੰ ਕੱਢ ਕੱਡਿਆ ਨਾ ਜਾ ਸਕੇ ਇੱਕ ਸਟੇਬਲ ਸਟੇਬਲਾਈਜ਼ਡ ਰੁਜ਼ਗਾਰਤਾ ਹੋਵੇ ਨਾ ਕਿਸੇ ਵੀ ਪ੍ਰਾਈਵੇਟ ਸੰਸਥਾ ਚ ਵੀ ਜੇਕਰ ਹੁੰਦਾ ਸਾਡਾ ਕਾਨੂੰਨ ਉਹ ਤੋਂ ਉਲਟ ਚੱਲ ਰਿਹਾ ਤੇ ਇਦੋਂ ਅਲਾਵਾ ਪਿੰਡਾਂ ਦੇ ਖੇਤਰ ਚ ਖਾਸ ਤੌਰ ਦੇ ਉੱਤੇ ਜੇ ਮਨਰੇਗਾ ਵਰਗੀ ਇੱਕ ਸਕੀਮ ਹੈ ਔਰ ਇਹ ਪੰਜਾਬ ਦੇਸ਼ ਚ ਗੱਲ ਚੱਲ ਪਈ ਹੈ ਕਿ ਸ਼ਹਿਰਾਂ ਦੇ ਵਿੱਚ ਵੀ ਗਰੀਬ ਲੋਕਾਂ ਨੂੰ ਮਨਰੇਗਾ ਵਰਗੀ ਸਕੀਮ ਚਾਹੀਦੀ ਹੈ ਘਟੋ ਘਟ 100 ਦਿਨ ਦੀ ਗਰੰਟੀ ਦੀ ਜਦੋਂ ਐਸ ਕੀ ਪਹਿਲੀ ਵਾਰ ਦੇਖਿਆ ਆਪਾਂ ਪੰਜਾਬ ਚ ਕਿ ਝੋਨਾ ਲਾਉਣ ਦੇ ਲਈ ਯੂਪੀ ਔਰ ਬਿਹਾਰ ਤੋਂ ਪਰਿਵਾਰਾਂ ਸਮੇਤ ਮਜ਼ਦੂਰ ਆਏ ਨੇ ਔਰਤਾਂ ਸਮੇਤ ਝੋਨਾ ਲੱਗਿਆ ਹਾਲਾਂਕਿ ਉਹਨੂੰ 7-7 ਦਿਨ ਦਾ ਰੋਜ਼ਗਾਰ ਮਿਲਿਆ ਜਿਹੜਾ ਪਹਿਲਾਂ ਮਹੀਨੇ ਦਾ ਮਿਲ ਜਾਂਦਾ ਸੀ ਕਿਉਂਕਿ ਬਹੁਤ ਵੱਡੀ ਗਿਣਤੀ ਚ ਆ ਗਈ ਗਿਣਤੀ ਜ਼ਿਆਦਾ ਹੋ ਗਈ ਹਾਂ ਸਾਰੇ ਪੱਖ ਤੋਂ ਹੀ ਕੀ ਆ ਹੁਣ 17 ਬੰਦੇ ਮਰੇ ਨੇ ਪ੍ਰਵਾਸੀ ਮਜ਼ਦੂਰ ਯੂਪੀ ਗਏ ਸੀ ਜਿਹੜੇ ਯੂਪੀ ਨੂੰ ਜਾ ਰਹੇ ਸੀ ਵਾਪਸ ਬੱਸਾਂ ਕਿਉਂਕਿ ਓਵਰਲੋਡਡ ਸੀ ਐਡੀਆਂ ਚੜਾ ਕੇ ਤੇ ਉਹਦੇ ਚ ਟਰੱਕ ਵੱਜ ਗਿਆ ਆ ਕੇ ਔਰ ਇਸ ਕਰਕੇ ਇਹ ਹੈ ਕਿ ਮਨਰੇਗਾ ਦੇ ਵਿੱਚ ਜੇ ਸੋਚਿਆ ਜਾਏ ਜਿਹੜਾ ਕਿ ਸਾਡੀ ਗਵਰਨਮੈਂਟ ਨੇ ਕਦੇ ਨਹੀਂ ਸੋਚਿਆ 4.5 ਸਾਲ ਚ ਨਾ ਉਦੋਂ ਪਹਿਲੀ ਗਵਰਨਮੈਂਟ ਨੇ ਸੋਚਿਆ ਨਾ ਸਾਡੀ ਬਿਊਰੋਕ੍ਰੇਸੀ ਦਾ ਮਾਨ ਹੈ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਨਾਲ ਨਾਲ ਆਮ ਦਿਹਾੜੀ ਨੂੰ ਦਿਹਾੜੀ ਤੋਂ ਬਿਨਾ 70-75000 এমਪਲாய்ਮੈਂਟ ਹੋ ਸਕਦੀ ਹੈ ਹਰ ਚਾਰਲੇ ਜੌਬ ਕਾਡ ਤੇ ਇੱਕ ਮੀਟ ਹਰ ਵੱਡੇ ਤੇ ਛੋਟੇ ਪਿੰਡ ਦੇ ਵਿੱਚ ਇੱਕ ਵੱਡੇ ਚ ਜ਼ਿਆਦਾ ಗ್ರಾಮ ਸੇਵਕ ਤੇ ਡਾਟਾ ਐਂਟਰੀ ਆਪਰੇਟਰ ਜੂਨੀਅਰ ਇੰਜੀਨੀਅਰ ਕਿੰਨੇ ਬੰਦੇ ਭਰਤੀ ਹੋ ਸਕਦੇ ਜੇ ਸੁਝੰਦਾ ਜਾ ਲਓ 70 75000 ਬਣਦਾ ਪੰਜਾਬ ਗਵਰਨਮੈਂਟ ਦੇ ਖਜ਼ਾਨੇ ਚੋਂ ਕੱਖ ਨਹੀਂ ਜਾਂਦਾ ਉਹ ਚ ਉਹਦੇ ਚ ਬਹੁਤਾ ਪੈਸਾ ਗਵਰਨਮੈਂਟ ਆਫ ਇੰਡੀਆ ਤੋਂ ਹੱਕ ਦੇ ਤੌਰ ਤੇ ਆਉਂਦਾ ਪਰ ਰੁਜ਼ਗਾਰ ਪ੍ਰਤੀ ਵੀ ਸਾਡੀ ਸੀਰੀਅਸਨੈਸ ਜੀ ਅਸੀਂ ਰੁਜ਼ਗਾਰ ਚ ਕੀ ਕਰਦੇ ਆ ਮੇਲੇ ਲਾਉਂਦੇ ਆ ਪਸ਼ੂਆਂ ਦੇ ਮੇਲੇ ਦੀ ਤਰ੍ਹਾਂ ਬੰਦੇ ਦੀ ਡਿਗਨਿਟੀ ਨੂੰ ਚੋਟ ਮਾਰਦੇ ਆ ਬੰਦੇ ਦੇ ਹਿਰਦੇ ਤੇ ਉਹਦੀ ਰੂਹ ਨੂੰ ਪੜੇ ਲਿਖੇ ਬੱਚਿਆਂ ਨੂੰ ਕਹਿੰਦਾ ਸਰਟੀਫਿਕੇਟ ਉੱਤੇ ਕੰਪਨੀਆਂ ਤੁਹਾਨੂੰ ਦੇਖਣਗੀਆਂ ਐਵੇਂ ਜਾ ਕੇ ਰੋਜ਼ਗਾਰ ਦੇ ਮੇਲੇ ਤੇ ਆ ਕੇ ਨਮਾਇਸ਼ ਟਾਈਪ ਨਮਾਇਸ਼ ਟਾਈਪ ਨਮਾਇਸ਼ ਲਾਉਨੇ ਆ ਤੇ ਘੱਟੋ ਘੱਟ ਬੰਦੇ ਦੀ ਡਿਗਨਿਟੀ ਰਹਿਣ ਦਿਓ ਉਹਦੀ ਸ਼ਾਨ ਮਾਨ ਸਨਮਾਨ ਰਹਿਣ ਦਿਓ ਉਹਦਾ ਤਰੀਕਾ ਬਦਲੋ ਉਸ ਪੱਧਰ ਦੇ ਉੱਤੇ ਜਿਹੜਾ ਤਰੀਕਾ ਰੋਜ਼ਗਾਰ ਦੇ ਲਈ ਜਿੰਨੇ ਵਸੀਲੇ ਸਾਡੇ ਹੋ ਸਕਦੇ ਨੇ ਸਾਡੇ ਬਾਤਾਂ ਵਰਨ ਦਾ ਕਰਾਈ ਸਕ ਜਾ। ਮਨਰੇਗਾ ਨੂੰ ਜਿਹੜੇ ਲੋਕਾਂ ਨੇ ਇਹ ਨਹੀਂ ਸਮਝਿਆ ਕਿ ਇਹ ਇਕੱਲੀ ਦਲਤਾਂ ਦੀ ਸਕੀਮ ਹੈ ਜਿਹੜੇ ਇਹ ਸਮਝਦੇ ਨੇ 2014 ਤੋਂ ਬਾਅਦ ਉਹਨਾਂ ਚ ਇੱਕ ਅਮੈਂਡਮੈਂਟ ਹੋ ਗਈ ਹੈ ਕਿ 60% ਪੈਸਾ ਖੇਤੀ 'ਚ ਲੱਗੂਗਾ। ਖੇਤੀ 'ਚ ਤਿੰਨ ਚੀਜ਼ਾਂ 'ਚ ਲੱਗੂਗਾ। ਇੱਕ ਮਿੱਟੀ ਨੂੰ ਉਪਜਾਊ ਹੋਰ ਬਣਾਉਣ ਦੇ ਵਾਸਤੇ ਜਾਂ ਪਦਰੀ ਕਰਨ ਦੇ ਵਾਸਤੇ ਦੂਜਾ ਪਾਣੀ ਨੂੰ ਬਚਾਉਣ ਦੇ ਵਾਸਤੇ ਤੇ ਪਾਣੀ ਦੀ ਸੰਭਾਲ ਦੇ ਵਾਸਤੇ ਤੀਜਾ ਰੁੱਖ ਲਗਾਉਣ ਦੇ ਵਾਸਤੇ ਇਹ ਤਿੰਨੇ ਚੀਜ਼ਾਂ ਕਰ ਲਈਆਂ ਜਾਣ ਪੰਜਾਬ ਦਾ এনवायरमेंट ਵੀ ਬਚਦਾ ਪੰਜਾਬ ਦਾ ਸਿਹਤ ਵੀ ਬਚਦੀ ਹੈ ਤੇ ਪੰਜਾਬ ਦੇ ਵਿੱਚ এমਪਲॉयਮੈਂਟ ਵੀ ਕ੍ਰੀਏਟ ਹੁੰਦੀ ਹੈ ਇੱਕ ਆਖਰੀ ਸਵਾਲ ਹਮੇਸ਼ ਸਿੰਘ ਜੀ ਕਰਨਾ ਚਾਹੁੰਦਾ ਹਾਂ ਤੁਹਾਨੂੰ ਹਮੇਸ਼ ਸਿੰਘ ਜੀ ਅਸੀਂ ਸਾਰੇ ਸੰਕਟ ਗਿਣ ਲਏ ਆ ਜਿਹੜੀ ਖੇਤਰੀ ਤੇ ਦਿੱਤ ਤੁਸੀਂ ਜ਼ਿਕਰ ਕਰਦੇ ਹੋ ਅਕਾਲੀ ਦਲ ਇੱਕੋ ਇੱਕ ਖੇਤਰੀ ਧਿਰ ਜਿਹਨੂੰ ਪੰਜਾਬ ਵੀ ਮੰਨਦਾ ਰਿਹਾ ਤੇ ਦੇਸ਼ ਵੀ ਮੰਨਦਾ ਰਿਹਾ। ਹੁਣ ਸਾਡੇ ਕੋਲੇ ਹੱਲ ਕੀ ਹੈਗਾ? ਮੈਂ ਇੱਕ ਪ੍ਰੈਕਟੀਕਲੀ ਸੋਲੂਸ਼ਨ ਤੁਹਾਡੇ ਤੋਂ ਪਾਰ ਰਿਹਾ। ਪੋਲੀਟਿਕਲ ਸੋਲੂਸ਼ਨ ਕੀ ਹੈ? ਇੱਕ ਨਵੀਂ ਧਿਰ ਆਵੇ ਉਹ ਇੰਨਾ ਸਾਰੇ ਸੰਕਟਾਂ ਦਾ ਹੱਲ ਕਰੇ ਜਾਂ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਵਾਪਸ ਆਊਗਾ ਆਪਦੀ ਅਪਰੋਚ ਤੇ ਜਾਂ ਨਹੀਂ ਆ ਸਕਦਾਗਾ? ਹੱਲ ਕੀ ਹੈ ਸਾਡੇ ਕੋਲ? ਦੇਖੋ ਮੈਨੂੰ ਇਹ ਲੱਗ ਨਹੀਂ ਰਿਹਾ ਕਿ ਅਕਾਲੀ ਦਲ ਵਾਪਸ ਆਜੂਗਾ ਐਸੇ ਹਾਲਤ ਦੇ ਵਿੱਚ ਉਹਦਾ ਕਾਰਨ ਇਹ ਹੈ ਕਿ ਜਿੰਨੇ ਵੀ ਫੈਡਰਲ issues ਉੱਠ ਰਹੇ ਨੇ ਉੱਤੇ ਅਜੇ ਵੀ ਪਾਰਟੀ ਬੋਲ ਨਹੀਂ ਰਹੀ ਅਜੇ ਵੀ ਪਾਰਟੀ ਉਸ ਲੈਵਲ ਤੇ ਨਹੀਂ ਇੱਕ ਅਦਾ ਬਿਆਨ ਆਉਂਦਾ ਕਿ ਨੈਸ਼ਨਲ ਲੈਵਲ ਦਾ ਫਰੰਟ ਬਣਨਾ ਚਾਹੀਦਾ ਇਸ ਲੈਵਲ ਦਾ ਜਿਵੇਂ ਮਮਤਾ ਟਰਾਈ ਕਰ ਰਹੀ ਹੈ ਜਿਵੇਂ ਬਾਕੀ ਲੋਕ इवन DMK ਵਾਲੇ ਸਟਾਲਨ ਕੋਸ਼ਿਸ਼ ਕਰ ਰਹੇ ਨੇ ਉਹ ਹੈ ਜਦੋਂ ਸਾਡੇ ਅਜੇ ਤੱਕ ਨਜ਼ਰ ਨਹੀਂ ਆਉਂਦਾ ਪਹਿਲਾਂ ਪੰਜਾਬ ਲੀਡ ਕਰਦਾ ਸੀ ਉਹਦੇ 'ਚ ਨਹੀਂ 14 ਜਿਹੜੀਆਂ ਇਕੱਠੀਆਂ ਹੋਣ ਚਕਾਲੀ ਦਲ ਹੈ ਨਿਕਾ ਨਾ ਉਹਦੇ ਚਾਜੇ ਤੱਕ ਨਹੀਂ ਹੈ ਅਕਾਲੀ ਦਲ ਨਹੀਂ ਹਜੇ ਤੱਕ ਬਾਕੀ ਦੀ ਧਿਰ ਇਕੱਠੀਆਂ ਹੋ ਰਹੇ ਦੇਖੋ ਦੇਸ਼ ਮਹਿਸੂਸ ਕਰ ਰਿਹਾ ਫੈਡਰਲ ਸਟਰਕਚਰ ਹੂੰ ਇਸੇ ਕਰਕੇ ਮਮਤਾ ਜਦੋਂ ਆਈ ਸੋਨੀਆ ਨੂੰ ਮਿਲੀ ਬਾਕੀਆਂ ਨੂੰ ਮਿਲੀ ਬੀਜੇਪੀ ਦੇ ਮੁਕਾਬਲੇ ਇੱਕ ਧਿਰ ਬੜੀ ਖੜੀ ਹੋਣ ਦੀ ਔਰ ਫੈਡਰਲ ਸਟਰਕਚਰ ਲਈ ਉਹ ਜਿਵੇਂ ਲੜ ਰਹੀ ਹੈ ਸਾਡੀ ਸਟੇਟ ਕਿਉਂ ਨਹੀਂ ਸੀ ਲੜ ਸਕਦੀ ਉਹਨੇ ਕਿਹਾ ਕਿ ਸਾਡਾ ਚੀਫ ਸੈਕਟਰੀ ਹੈ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਤੇਰਾ ਚੀਫ ਸੈਕਟਰੀ ਅਸੀਂ ਵਾਪਸ ਬਣਾ ਲਿਆ ਉਹ ਕਹਿੰਦੀ ਨਹੀਂ ਆਏਗਾ ਉਹਨੂੰ ਰਜਾਇਨ ਕਰਾ ਕੇ ਚਾਹੀਆ ਆਪਣਾ ਬੋਲਾਤਾ ਉਹ ਲੜ ਰਹੀ ਹੈ ਉਹਨੇ ਕਿਹਾ ਕਿ ਜਿਹੜਾ ਪੈਗਾਸਸ ਦੇ ਜਾਂਚ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਲਾਭ ਬਣਾਏ ਸਾਰੀ ਆਪੋਜੀਸ਼ਨ ਕਹਿ ਰਹੀ ਆ ਉਹ ਨਹੀਂ ਬਣਾ ਰਹੇ ਉਹਨੇ ਚੱਕ ਕੇ ਆਰਟੀਕਲ 1952 ਦੇ ਤਹਿਤ ਉਹ ਆਪਦੀ ਜਾਂਚ ਬਣਾਉਂਦੇ ਉਹਨੇ ਆਪਣੀ ਜਾਂਚ ਜਿਹੜੀ ਆਪਣੇ ਤੈਅ ਕਰਤੀ ਠੀਕ ਆ ਉਹਦਾ ਰੌਲਾ ਪਏਗਾ ਪਏ ਪਰ ਇੰਟਰ ਸਟੇਟ ਹੋ ਸਕਦਾ ਜਾਂ ਨਹੀਂ ਹੋ ਸਕਦਾ ਪਰ ਇੱਕ ਗੱਲ ਹੁੰਦੀ ਆ ਕਿ ਤੁਸੀਂ ਸੰਵਿਧਾਨ ਜਾਂ ਕਾਨੂੰਨ ਦਾ ਲਾਭ ਲੈ ਕੇ ਆਪਣੇ ਹੱਕ 'ਚ ਜੋ ਵਾਪਰਦਾ ਉਹਨੂੰ ਐਕਸ਼ਨ 'ਚ ਲਿਆਉਂਦੇ ਆ ਤੇ ਰਹੇਗੀ ਸਾਡੇ ਕੋਲ ਲੀਡਰ ਨਹੀਂ ਹੈਗਾ ਤੁਸੀਂ ਇਹ ਕਹਿਣਾ ਚਾ ਰਹੇ ਹੋ ਧਿਰ ਤਾਂ ਲੋਕਾਂ ਦਾ ਸੈਂਟੀਮੈਂਟ ਹੈਗਾ ਤੇ ਰਹੇਗਾ ਲੀਡਰਸ਼ਿਪ ਨਹੀਂ ਮਤਲਬ ਪਾਰਟੀ ਜਾਂ ਉਸ ਲੈਵਲ ਦੀ ਕਿਸਾਨ ਅੰਦੋਲਨ ਵੀ ਫੈਡਰਲਿਜਮ ਤੇ ਖੜੇ ਕਿ ਇਹ ਗੈਰ ਸੰਵਿਧਾਨਿਕ ਨੇ ਮੰਨ ਲੋ ਉਹ ਇਹ ਕਹਿ ਰਿਹਾ ਕਿ ਇਹ ਬਿਲ ਗੈਰ ਸੰਵਿਧਾਨਿਕ ਨੇ ਕਿਉਂਕਿ ਖੇਤੀ ਸੂਬਿਆਂ ਦਾ ਸਬਜੈਕਟ ਹੈ ਸਾਡਾ ਸਾਰਾ ਜ਼ਰੂਰਦਾਰੀ ਇਹ ਤੇ ਹੋਣਾ ਚਾਹੀਦਾ ਸੀ ਕਾਨੂੰਨ ਤੇ ਅਸੀਂ ਕਿਉਂ ਇਸ ਸਿੰਗਲ ਤੋਂ ਨਹੀਂ ਕੀਤਾ ਅਸੀਂ ਹੋਰ ਟਾਈਪ ਦੀਆਂ ਸੋਧਾਂ ਕੀਤੀਆਂ ਆਂ ਪਾਰ ਅਸੈਂਬਲੀ ਦੇ ਵਿੱਚ ਬਣਾ ਕੇ ਅਸੀਂ ਕਰਨੀਆਂ ਹੀ ਚਾਹੀਦੀਆਂ ਸੀ ਸਾਨੂੰ ਕਿ ਇਹ ਫੈਡਰਲ ਚ ਸਾਡਾ ਮਿਸ਼ਾ ਹੈ ਇਸ ਵਿਸ਼ੇ ਤੇ ਕਾਨੂੰਨ ਬਣਾਉਣ ਦਾ ਹੱਕ ਵਿਧਾਨ ਸਭਾ ਦਾ ਵਿਧਾਨ ਸਭਾ ਉਹਨਾਂ ਕਾਨੂੰਨਾਂ ਨੂੰ ਰੱਦ ਕਰਦੀ ਹੈ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਗੈਰ ਸੰਵਧਾਨਿਕ ਜੇ ਫੈਡਰਲ ਸਟਰਕਚਰ ਲਈ ਕੰਮ ਕਰਾਂਗੇ ਤਾਂ ਹੀ ਪੰਜਾਬ ਬਚੂਗਾ ਇਹੀ ਕਹਿ ਰਹੇ ਤਾਂ ਹੀ ਪੰਜਾਬ ਬਚੂਗਾ ਔਰ ਇਹਦੇ ਤੇ ਚਾਹੇ ਇਹਨਾਂ ਚੋਂ ਕੋਈ ਪੂਰੀ ਤਰ੍ਹਾਂ ਸਾਰੀਆਂ ਗਲਤੀਆਂ ਭੁਲਾ ਕੇ ਸਾਹਮਣੇ ਆਏ ਤੇ ਨਵੀਂ ਲੜਾਈ ਲਈ ਤਿਆਰ ਹੋਵੇ ਕੱਲਾ ਸੱਤਾ ਕੱਲੇ ਲਈ ਨਹੀਂ ਨਹੀਂ ਤਾਂ ਫਿਰ ਨਵੀਂ ਧਿਰ ਦੀ ਲੋੜ ਹੈ ਪੰਜਾਬ ਨੂੰ ਕਿਸੇ ਨਵੀਂ ਜਿਹੜੀ ਫੈਡਰਲ ਧਿਰ ਔਰ ਜਿਹੜੀ ਧਿਰ ਸਿਹਰਦ ਹੋਵੇ ਜਿਹੜੀ ਲੋਕਾਂ ਨਾਲ ਜੁੜੀ ਹੋਵੇ ਤੇ ਜਿਹੜੀ ਦੇਸ਼ ਦੇ ਫੈਡਰਲ ਲਈ ਬਣ ਰਿਹਾ ਜਿਹੜਾ ਇੱਕ ਫਰੰਟ ਹੈ ਟੋਟਲ ਉਹਦੇ ਵਿੱਚ ਵੀ ਸਰਗਰਮ ਭੂਮਿਕਾ ਨਿਭਾਵੇ ਚਲੋ ਬਹੁਤ ਧੰਨਵਾਦ ਹਮੇਸ਼ ਸਿੰਘ ਜੀ ਤੁਸੀਂ ਬਹੁਤ ਹੀ ਬੇਬਾਕੀ ਨਾਲ ਸਾਰੇ ਵਿਚਾਰ ਰੱਖਿਆ ਏਸਨ ਹਮੇਸ਼ ਸਿੰਘ ਜੋ ਕੁਝ ਹਮੇਸ਼ ਸਿੰਘ ਹਰਾਂ ਨੇ ਦੱਸਤਾ ਮੈਨ ਲੱਗਦਾ ਨਹੀਂ ਇਸ ਤੋਂ ਜ਼ਿਆਦਾ ਦੱਸਣ ਦੀ ਲੋੜ ਹੈ ਕੀ ਹੈ ਸੰਕਟਾਂ ਚੋਂ ਪੰਜਾਬ ਕਿਵੇਂ ਨਿਕਲੇਗਾ ਪੰਜਾਬ ਉਸ ਪੱਧਰ ਤੇ ਜਾ ਕੇ ਨਿਕਲ ਸਕਦਾ ਜਦੋਂ ਇੱਥੋਂ ਦੀ ਕੋਈ ਖੇਤਰੀ ਤੇਰ ਜਾਂ ਇੱਥੇ ਕੋਈ ਨਵੀਂ ਤੇਰ ਜਿਹੜੀ ਫੈਡਰਲ ਸਟਰਕਚਰ ਦੀ ਗੱਲ ਕਰੇ ਜਿਹੜਾ ਦੇਸ਼ ਦੇ ਵਿੱਚ ਇੱਕ ਸੰਗਠਾंचे ਦੇ ਲਈ ਮਾਹੌਲ ਬਣ ਰਿਹਾ ਉਸ ਦੇ ਵਿੱਚ ਆਪਣੀ ਹਿੱਸੇਦਾਰ ਨਵਾਏ ਤਾਂ ਹੀ ਪੰਜਾਬ ਲਈ ਸੁਖਾਵਾਂ ਮਾਹੌਲ ਪੈਦਾ ਹੋ ਸਕਦਾ ਤਾਂ ਹੀ ਪੰਜਾਬ ਦੇ ਸੰਕਟ ਦੂਰ ਹੋ ਸਕਦੇ ਬਹੁਤ ਬਹੁਤ